ਮੇਰਾ ਵੀਰ ਆਹ ਪਿਆ ਗਲਾਸ ਇੱਧਰ ਭਰ ਲਿਆ ਕੋਈ ਨੀ ਫੁੱਲ ਵਾਹ ਜਟਾ ਘੈਂਟ ਬੰਦਾ ਪੂਰਾ ਬਰਾੜ ਕਾਲੀ ਵਾਲਾ ਤੇ ਮੋਦੀ ਵਾਲਾ ਬਹੁਤ ਤੜਾ ਮੈਂ ਲੱਗਣਾ ਰਾਮਗੜੀਆ ਦੀਪ ਜੈਪਾਲ ਬੰਦਾਰਾ ਜੀ ਬਾਬਾ ਧੰਨਵਾਦ ਟੀਮ ਆ ਗਈ ਗੋਦੀ ਵਾਲਾ ਤੇ ਦੋ ਖਿਡਾਰੀ ਬਾਹਰ ਦੇ ਖੇਡ ਸਕਦੇ ਔਰ ਜੱਜ ਨੇ ਕਹਿੰਦੇ ਅਜੇ ਕੱਟਿਆਂ ਦੀ ਪਿੰਡ ਦੇ ਬੰਬੂ ਦੇ ਔਰ ਖੁਸ਼ੀ ਪਹਿਲਾਂ ਵਾਲਾ ਮੈਚ ਜਿੱਤ ਗਈ ਵੀਰੇ ਪੱਟੀਆਂ ਵਾਲੇ ਜਿਹੜੀ ਟੀਮ ਜਿੱਤ ਗਈ ਇੱਕ ਵੱਡੇ ਪ੍ਰਾਈਜ਼ ਦੇ ਮੋਹਰ ਲੱਗ ਜਾਣੀ ਆ ਪਹਿਲਾ ਪ੍ਰਾਈਜ਼ 11,000 ਤੇ ਦੂਜਾ ਪ੍ਰਾਈਜ਼ ਜਿਹੜਾ 9,000 ਰੁਪਏ ਦਿੱਤਾ ਜਾਣਾ ਹੈ ਬੇਨਤੀ ਹੈ ਜਿਹੜੇ ਵੀਰ ਮੈਚ ਵੇਖਣ ਲਈ ਆਏ ਹੋਏ ਜਾਂ ਖਿਡਾਰੀ ਵੀਰ ਹੈ ਜਿਹੜੇ ਵੀਰਾਂ ਦੇ ਸਾਧਨ ਦੂਰ ਖੜੇ ਹੈ ਉਹ ਕਿਰਪਾ ਕਰਕੇ ਬਾਈ ਨੇੜੇ ਲਿਆਓ ਬਾਅਦ ਵਿੱਚ ਕੋਈ ਸੱਜਾ ਖੱਬਾ ਹੋ ਗਿਆ ਕਿਸੇ ਸੱਜਾ ਖੱਬਾ ਹੋ ਗਿਆ ਉਹਦੇ ਨਾਲ ਸੱਜਾ ਖੱਬਾ ਕਰ ਗਿਆ ਕੋਈ ਤੇ ਫਿਰ ਵੀਰੇ ਕਮੇਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਣੀ ਜੀ ਇਹ ਬੇਨਤੀ ਆਪੋ ਆਪਣੇ ਸਾਧਨ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਸੋ ਵੀਰੇ ਜਿਹੜੇ ਵੀਰਾਂ ਦੇ ਖਾਸ ਕਰ ਮੋਟਰਸਾਈਕਲ ਦੂਰ ਖੜਿਆ ਜੀ ਉਹ ਗਰਾਊਂਡ ਦੇ ਨੇੜੇ ਲਿਆਓ ਵੀਰੇ ਕਮੇਟੀ ਵਾਲੇ ਵੀਰ ਕਹਿੰਦੇ ਬਾਅਦ ਚ ਕੋਈ ਜ਼ਿੰਮੇਵਾਰੀ ਨਹੀਂ ਵੀਰੇ ਹਰੀਸ਼ ਕੁਮਾਰ ਨਵਦੀਪ ਸੋਤਾ ਫਰੋਸ਼ਾ ਵਾਲੇ ਮੁੰਡੇ ਹਰ ਗਏ ਵੀਰੇ ਪੱਟੀਆਂ ਨੂੰ ਹਰਮਨ ਹਰਮਨ ਉਹ ਹਜੇ ਨਹੀਂ ਚੱਲਿਆ ਮੈਚ ਹਰਮਨ ਖੜੇ ਆ ਗਰਾਊਂਡ 'ਚ ਨਾ ਖੜੇ ਆ ਗਰਾਊਂਡ 'ਚ ਸੱਦ ਲਾ ਯਾਰ ਉਹਨੂੰ ਪੁੱਟੀਆਂ ਵਾਲੇ ਨੂੰ ਮੰਗਾ ਲੈਂਦੇ ਇੱਕ ਮਿੰਟ ਇੱਕ ਮਿੰਟ ਦਾ ਦੱਸ ਪਰ ਕੁੱਟ ਪੀਲਾ ਕੋਈ ਨਹੀਂ ਚੱਲ ਮੈਂ ਤਾਂ ਬਰਾੜ ਪੀ ਲਾਂਗੇ ਤੂੰ ਆਪ ਹੁੰਦਾ ਮੈਂ ਤਾਂ ਪੀਲਾ ਫੜ ਦੂੰਗਾ ਨੰਬਰ ਜੋੜ ਸਾਂਝੇ ਕਰ ਦੋ ਕਿੰਨੇ ਕਿੰਨੇ ਹੋ ਗਏ ਮੇਰਾ ਵੀਰ ਕਿੰਨੇ ਕਿੰਨੇ ਪੁਆਇੰਟ ਆ ਅੜੂਗਾ ਮੈਚ ਪੂਰਾ ਐਨ ਆਓ ਸੱਪਾਂ ਵਾਲਾ ਫਿੱਟ ਪੂਰਾ ਸਵਾਦ ਵੱਖਰਾ ਇਧਰਲੇ ਪਾਸੇ ਰਾਜਦੀਪ ਤੇ ਧਾਮਾ ਕੈਲੀਫੋਰਨੀਆ ਖੇਡ ਰਹੇ ਆਓ ਰਾਜਦੀਪ ਹਟ ਜਾ ਪਾਸਾ ਮੈਚ ਨੇ ਦੁੱਖ ਤੋੜਨੇ ਆ ਲਾਉਣਾ ਪਊਗਾ ਕਮੇਟੀ ਵਾਲੇ ਵੀ ਹੁਣ ਤੇ ਟਿਕਟ ਕੀ ਲਾ ਕੇ ਬਹਿ ਗਏ ਆ ਵੀ ਆ ਮੈਚ ਦੇ ਵਿੱਚ ਤੇ ਪੜਾਕੇ ਪਾਣੇ ਪੈਣਗੇ ਓਕੇ ਓਕੇ ਜਸਪ੍ਰੀਤ ਸੋਲ ਅਮਨਦੀਪ ਕੰਬੋਜ ਨਿਰਮਲ ਕਰਿਆ ਬੰਦਾ ਸੋਨਾ ਗਿੱਲ ਦੋ ਇੱਕ ਠੀਕ ਹੈ ਜੀ ਉਨੀਆਂ ਦਾ ਮੈਚ ਵਾਹ ਜੀ ਵਾਹ ਨਹੀਂ ਹੋਣਾ ਨੀ ਹੋਣੀ ਹੁਣ ਲੱਗਦੀ ਨੀ ਪਰ ਇੰਨਾ ਮੈਨੂੰ ਪਤਾ ਗਾ ਐਨ ਗੱਲ ਖਰਾਬ ਹੋਇਆ ਪਿਆ ਅੱਜ ਤਾਂ ਉਹ ਗੱਲ ਖਰਾਬ ਹੋਇਆ ਪਿਆ ਮੁੰਡਿਆ ਅੱਛਾ ਅੱਛਾ ਜੀ ਕਿਆ ਬਾਤ ਆ ਤੇਰੇ ਵੱਡੇ ਮਾਨ ਸਨਮਾਨ ਹੋਣੇ ਇਕਬਾਲ ਸਿੱਧੂ ਗੋਨੇ ਕਹਿੰਦਾ ਗੂੰਜਣੇ ਵਾਲਾ ਵੀ ਵਾਸੀਆਂ ਦੇ ਵੱਡੇ ਕੱਪ ਦੇ ਧਾਮੇ ਦਾ ਮਾਣ ਆਪਾਂ ਵੱਡਾ ਕਰਦਾ ਇਧਰ ਮੈਚ ਦੀ ਸ਼ੁਰੂਆਤ ਹੋਈ ਹੈ ਇੱਕ ਪੁਆਇੰਟ ਆ ਕਾਲੀ ਵਾਲਾ ਗੁਰੀ ਦੀ ਟੀਮ ਦਾ ਗੁਰੀ ਕਾਲੀ ਵਾਲ ਚ ਅੰਨਾ ਜੋੜ ਤੇ ਸੰਨਖਾ ਰਾਜਪਾਲ ਰੱਖ ਲਓ ਇੱਥੇ ਰੱਖ ਉਹ ਕਹਿੰਦੇ ਆਸ਼ੂ ਨੇ ਧੰਤਨ ਕਰਵਾਉਂਦੀ ਹੈ ਕਿੰਨੇ ਪੁਆਇੰਟ ਨਵੇਂ
ਪੁਆਇੰਟ ਦੋ 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 ਪੁਆਇੰਟ ਵੀਰੇ, ਦੋ ਇੱਧਰ ਦੋ ਇੱਧਰ। ਸੋਨਾ ਗਿੱਲ ਵਧੀਆ ਵਧੀਆ, ਸੋਨੇ ਜਸ਼ਨ ਮਾਨ, ਗੁਰਪ੍ਰੀਤ, ਅਮਨਦੀਪ ਕੰਬੋਜ, ਗੁਰਪ੍ਰੀਤ ਭੱਟੀਆਂ ਵਾਲਿਆਂ ਦਾ ਮੈਚ ਨੀ ਚੱਲਿਆ ਅਜੇ, ਦੋ ਦੋ ਦੀ ਬਰਾਬਰੀ, ਭੱਟੀਆਂ ਦਾ ਮੈਚ ਨੀ ਚੱਲਿਆ, ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ। ਦੀਪ ਰਾੜ ਗੁਰੀ, ਰਾਜਦੀਪ ਵੀਰੇ ਬੁਈਆਂ ਵਾਲਾ ਪਿੰਡ ਹੈ, ਕਾਲੇ ਟੀ ਸ਼ਰਟ ਵਾਲੇ ਦਾ, ਰਾਈਟ ਸਾਈਡ ਹੈ ਜਿਹੜਾ ਮੁੰਡਾ, ਆਹ ਮੁੰਡਾ। 5 ਮਿੰਟ ਦਾ ਟਾਈਮ ਹੈ, ਪੱਟੀਆਂ ਦੀ ਟੀਮ ਕਿਰਪਾ ਕਰਕੇ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਧੁੰਦ ਆ ਗਈ, ਧੁੰਦ ਧੁੰਦ ਆ ਗਈ ਵੀਰੇ, ਪੱਟੀਆਂ ਲਿਓ, ਧੁੰਦ ਆਉਂਦੀ ਜਾਂਦੀ ਮੇਰਾ ਵੀਰ ਬਣ ਕੇ, ਹੁਣ ਆਪਾਂ ਕਰੀਏ ਗਾਰ। ਬਹੁਤ ਵਧੀਆ ਮੈਚ ਹੈ, ਇਸ ਤੋਂ ਬਾਅਦ ਫਿਰ ਜੇ ਧੁੰਦ ਜ਼ਿਆਦਾ ਆ ਗਈ ਤੇ ਸੈਮੀ ਹੈ, ਸੈਮੀ ਪਹਿਲਾਂ, ਸੈਮੀ ਸੈਮੀ ਮੈਚ ਹੈ। ਆਹੋ ਆਹੋ ਬੱਲੇ ਨਾ ਮਿਆ, ਠੀਕ ਆ ਯਾਰ। ਹਟਦੇ ਨੀ ਗੇ ਬੋਲਣ ਦਾ, ਉਹ ਬੱਲੇ ਗੁਰੀ ਅੰਨਾ ਜੋਰ, ਗੁਰੀ ਕਾਲੀ ਵਾਲੇ ਚ ਆਉਂਦੇ ਮੁੰਡੇ, ਗੁਰੀ ਦੀ ਟੀਮ ਇੱਕ ਕਹਿੰਦੇ ਸਿਫਤਾਂ ਵੀ ਬਾਲਾ ਮਾਰਨੋਂ ਨਹੀਂ ਹਟਦੇ ਮੁੰਡੇ, ਸਰਦਾਰ ਵੱਜਿਆ ਪਿਆ। ਓ ਬੱਲੇ ਗੁਰੀ ਯਾਰ, ਸਿਰਾ ਓ ਸਿਰਾ ਓ ਸਿਰਾ ਝੁੱਟਿਆ, ਓ ਬੱਲੇ ਗੁਰੀ ਅੰਨਾ ਜੋਰ ਜੱਟ ਚ, ਓ ਕਾਲੀ ਵਾਲੇ ਜਿੰਨਾ ਜੋਰ, ਓ ਬੱਲੇ ਬੱਲੇ ਲਾ ਫੈਂਡ ਗੁਰੀ ਪਊਗੀ, ਧੜਕਣ ਹੁਣ ਉੱਡਣਗੇ ਡੋਰੀਏ, ਪੈਣੀ ਆ ਜਾਂ ਫਿਰ ਕਹਿ ਬੁਈਆਂ ਦੇ ਪਿੰਡ ਦੇ ਰਾਜਦੀਪ ਨੂੰ ਵੀ ਤੈਨੂੰ ਜਿਹੜੇ ਰਮੀ ਗਰੇ ਵਾਲਾ ਪੱਟੀਆਂ ਦਾ ਮੈਚ ਵੀਰੇ ਨੱਥੂ ਵਾਲੇ ਨਾਲ ਹੋਣਾ, ਅਜੇ ਠਹਿਰ ਕੇ ਹੋਊਗਾ, ਚੱਲਿਆ ਨੀ ਅਜੇ, ਬਚ ਕੇ ਰਹੀ ਹੈ ਖੁਸ਼ੀ ਦੀ ਅੱਖ ਮੈਨੂੰ ਤੇਰੇ ਤੇ ਲੱਗਦੀ ਹੈ, ਪਰ ਆਸ਼ੂ ਆ ਤੇਰੇ ਲੜ ਜੇ ਨਾ ਮਾਂ, ਬਾਲ ਆਊਟ ਮਾਰ ਬੈਠਾ ਧੀਰੇ ਵੀ ਚਾਹਦੇ ਨਾ ਸਵਾਲ ਵੱਖਰਾ, ਮੈਂ ਕਹਾ ਸਿਰਾ ਆਇਆ ਪਿਆ ਜਮਾ ਅੰਡ ਕਰਾਇਆ ਪਿਆ, ਗੁਰੀ ਔਨ ਫਾਇਰ, ਨੋ ਡਾਊਟ ਅਬਾਊਟ ਇਟ। ਓ ਬੱਲੇ ਖੁਸ਼ੀ, ਓ ਕੱਟਣ ਵਾਲੀ ਵਾਲਾ ਖੁਸ਼ੀ, ਨਾਮਾ ਢੜਿਆ ਤਾੜੀ ਮੁਸ਼ਕਲ ਹੁੰਦੀ ਆ, ਤਾਰਾ ਪਾਉਣ ਲਈ ਤਾੜੀ ਫੜਦੇ ਆ ਯਾਰ, ਢਾਬੇ ਤੇ ਨਾਮੇ ਦੇ ਵਾਲ ਵੱਜ ਜਣੀ, ਓ ਢਾਬੇ ਤੇ ਬਾਲ ਲਾਉਣੀ ਆ ਕੋਈ ਖੇਡ ਨਹੀਂ, ਆਂਦੀ ਦਾ ਬਾਣਾ ਨਹੀਂ, ਓ ਢਾਬੇ ਤੇ ਬਾਲ ਲਾਉਣੀ ਆ ਕੋਈ ਖੇਡ ਨਹੀਂ ਪਿਆ, ਓ ਸਾਹਮਣੇ ਨੰਬਰ ਆ ਮੈਚ ਨੇ ਦੁੱਖ ਤੋੜ ਦੇਣਾ ਬਾਈ, ਜਮਾ ਸਿਰਾ ਜਮਾ ਐਂਡ ਮੈਚ ਆ, ਐਂਡ ਆ ਗਿਆ ਖੁਸ਼ੀ ਹਰ ਜੋ ਪਾਸੇ, ਬੱਲੇ 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 ਓ ਬੱਲੇ ਬੱਲੇ ਮੇਰੇ ਆਖਰ ਦਾ ਤੇਰੇ ਮਿੱਤਰੋ ਫਾਉਲ ਹੈ, ਔਰ ਨੰਬਰ ਇੱਕ ਹੋਰ ਵੱਧ ਗਿਆ ਬੰਨੇ, ਪੱਪੂ ਚਾਰ ਵਿਚਾਰੇ ਦਾ ਮਾੜਾ ਹੈ। ਓਕੇ ਓਕੇ ਅਮਨਦੀਪ ਕੰਬੋਜ, ਅਭਿਮਾਨ ਬਾਬਾ ਧੰਨਵਾਦ, ਸਹੀ ਗੱਲ ਅਭਿਮਾਨ, ਨੱਥੂ ਵਾਲਾ ਗਰਬੀ ਪਿੰਡ ਦੇ ਕਹਿੰਦੇ ਬੱਲੂ ਨੂੰ ਭਲਾ ਕੌਣ ਨਹੀਂ ਜਾਣਦਾ, ਦੁਨੀਆਂ ਨਚਾਈ ਬੱਲੂ ਨੇ ਤੇ ਜਿਹੜੀ ਖੇਡ ਬੱਲੂ ਖੇਡ ਗਿਆ ਨਾ ਬਹੁਤ ਤੜੀ ਗਈ, ਉਹ ਵੀ ਪਲੇਅਰਾਂ ਦਾ ਸੁਪਨਾ ਹੀ ਰਹਿ ਜਾਣਾ ਹੈ, ਔਰ ਹੁਣ ਵੀ ਲੋਕੀ ਕੀਤੇ ਕਰਦੇ ਵੀ ਕਾਸ਼ ਮੇਰੀ ਖੇਡ ਯਾਰ ਬੱਲੂ ਵਰਗੀ ਬਣ ਜੇ ਨਾ, ਤੇ ਫੇਰ ਗੱਲ ਹੈ। ਬੱਲੂ ਦਾ ਭਰਾ ਗੋਰਾ ਵੀ ਆਇਆ ਹੋਇਆ ਆਪਣੇ ਕੋਲ, ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ, ਗੋਰਾ ਵੀ ਆਇਆ ਹੋਇਆ ਬੱਲੂ ਦਾ ਵੀਰ, ਤੇ ਨੱਥੂ ਵਾਲੀ ਹੈ ਕਹਿੰਦੇ ਹਨੀ ਵੀ ਪੁੱਜ ਗਿਆ ਹੁਣ ਤੇ, ਹਨੀ ਵੀ ਆ ਗਿਆ, ਔਰ ਭੱਟੀਆਂ ਵਾਲੇ ਮੁੰਡਿਆਂ ਦੇ ਨਾਲ ਜਿਹੜਾ ਸੈਮੀ ਮੈਚ ਖੇਡਿਆ ਜਾਣਾ, ਮੇਰੀ ਬੇਨਤੀ ਹੈ ਮੇਰਾ ਵੀਰ ਆਪਾਂ ਜ਼ਿਆਦਾ ਲੇਟ ਨਾ ਕਰੀਏ, ਕੰਮ ਸ਼ੁਰੂ ਕਰ ਦਈਏ ਜੀ, ਭੱਟੀਆਂ ਵਾਲੇ ਆਏ ਨੀ ਹੁੰਦੇ,
ਉਹਨੂੰ ਕਿਹਾ ਸੱਦੋ ਆ ਜਾਓ ਮੁੰਡੇ ਯਾਰ, ਸਦਲਾ ਯਾਰ ਭਰਾ ਬਣ ਕੇ ਮੇਰਾ ਵੀਰ ਬਣ ਕੇ ਸੁਣਾ ਯਾਰ, ਹੁਣ ਨਾ ਤੂੰ ਮੈਨੂੰ ਪਤਾ ਯਾਰੀ ਤੇਰੀ ਪੱਕੀ ਹੈ ਪੱਟੀਆਂ ਵਾਲੇ ਨਾਲ, ਸਾਨੂੰ ਪਤਾ ਨਵਦੀਪ ਕਾਲੋਂ, ਥੈਂਕ ਯੂ, ਥੈਂਕ ਯੂ ਵਿਨੋਦ ਰਾਵ, ਲਾਲੀ ਬਰਾੜ, ਇੰਦਰਜੀ, ਇੰਦਰਜੋਤ, ਥੈਂਕ ਯੂ ਵੀਰੇ। ਬੁੱਢੇ ਕਿਵੇਂ ਕੋ ਸਾਹਿਬ ਆਏ ਹੋਏ ਇੱਧਰ ਉਚੇਚੇ ਤੌਰ ਤੇ, ਉਚੇਚੇ ਤੌਰ ਤੇ ਪੁੱਜੇ ਹੋਏ ਆ ਕੋ ਸਾਹਿਬ ਸਾਡੇ, ਦਿੱਲੀ ਸਿੰਘ ਇੱਕ ਕੈਨੇਡਾ ਤੋਂ ਆਇਆ ਕੁਝ, ਇਸ਼ਪਾਲ ਤੇ ਬੁੱਢਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ ਜੀ, ਪੱਟੀਆਂ ਦਿੱਤੀ ਉਹਨੂੰ ਮਾਰਿਓ ਜੀ ਬਾਅਦ, ਜੇਕਰ ਕਿਸੇ ਵੀਰ ਦੀ ਹੈਗਾ ਫੋਨ ਕਨੈਕਟ ਨੰਬਰ ਹੈ ਤਾਂ ਵੀਰੇ ਇਹਦਾ ਲਾਇਓ ਫੋਨ। ਗੈਰੀ ਵਾਸੀਆਂ ਵੇਟ ਕਰੀ ਵੀਰੇ, ਵੇਟ ਕਰੀ, ਨਹੀਂ ਚੱਲਿਆ ਮੈਚ ਅਜੇ ਉੱਧਰ, ਮੈਚ ਨਹੀਂ ਚੱਲਿਆ ਉੱਧਰ ਅਜੇ। ਓ ਬੱਲੇ ਰਾਜਦੀਪ, ਆ ਰਾਜਦੀਪ ਸੱਜਰਾ ਤੂਫਾਨ, ਆ ਸੱਜਰਾ ਤੂਫਾਨ ਆ ਮੁੰਡਾ, ਸਿੱਕਾ ਚੱਲਣਾ ਮੁੰਡੇ ਦਾ, ਇਹ ਵੀ ਆਉਣ ਵਾਲੇ ਟਾਈਮ ਦਾ ਵੱਡਾ ਬੰਦਾ ਬਣੇਗਾ, ਕਿਉਂਕਿ ਮਿਹਨਤ ਬੜੀ ਕਰਦਾ ਹੈ, ਵੀ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਹੈ। ਲਾਲੀ ਬਰਾੜ ਬਾਬਾ ਧੰਨਵਾਦ, ਮਿਹਨਤ ਬੜੀ ਜ਼ਰੂਰੀ ਹੁੰਦੀ ਹੈ, ਤੇ ਮੋਮਬੱਤੀ ਤੇ ਕੜਾਹੇ ਰਿੱਝਦੇ ਨਹੀਂ ਹੁੰਦੇ ਬਈ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ, ਬਈ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ, ਜਿਹੜੇ ਮਿਹਨਤ ਕਰਦੇ ਤੇ ਫਿਰ ਉਹ ਦੁਨੀਆਂ ਦੇ ਮਹਾਨ ਬਣ ਜਾਂਦੇ ਆ। ਮੈਂ ਵੀ ਨੰਬਰ ਚੌਥਾ ਹੈਗਾ ਹੈਗਾ ਰਕੇਸ਼ ਬਾਈ ਸੰਗਰ ਵਾਲਾ ਟੂਰਨਾਮੈਂਟ ਹੈਗਾ, ਟੂਰਨਾਮੈਂਟ ਵੀਰੇ ਕਿਆ ਹੀ ਮੈਚ ਆ ਯਾਰ, ਕਿਆ ਹੀ ਮੈਚ ਆ, ਸੈਮੀ ਮੈਚ ਆ, ਕਾਲੀ ਵਾਲਾ ਕੈਮਰੇ ਸਾਹਮਣੇ, ਦੂਜੇ ਸਾਈਡ ਬੋਧੀ ਵਾਲਾ, ਖੁਸ਼ੀ ਪੰਮੂ ਜੱਜ ਬੋਧੀ ਵਾਲਾ, ਪਰਲੀ ਸਾਈਡ ਸਾਰੀ ਟੀਮ, ਸਾਰਾ ਪਤਾ ਬੁੱਢੇ ਨੂੰ, ਸਾਰੇ ਭੇਤਾ, ਸਾਰੇ ਭੇਤਾ ਬੁੱਢੇ ਨੂੰ, ਕਿਰਤ ਗੱਲ ਤੇਰੀ ਸਹੀ ਆ। ਅਬੂ ਠਾਕਰ, ਨਵਦੀਪ ਕਾਲੋਂ, ਸਿਮਰਨ ਕੰਬੋਜ, ਹਰਸ਼ ਕੁਮਾਰ, ਪਲਵਿੰਦਰ ਬਾਠ, ਸੈਮੀ ਵੀਰੇ ਪਹਿਲਾ ਸੈਮੀ, ਪਲਵਿੰਦਰ ਬਾਠ ਧੰਨਵਾਦ, ਧੰਨਵਾਦ, ਇੱਕ ਇੱਕ ਜੇ ਸ਼ੇਅਰ ਕਰ ਦਿਓ ਤਾਂ ਦੁੱਖ ਟੁੱਟ ਜਾਣ ਮੁੰਡਿਓ। ਹੈਲੋ ਹੈਲੋ, ਲੈ ਵੀ ਆਓ ਮੇਰਾ ਵੀਰ ਬਣ ਕੇ ਪੱਟੀਆਂ ਵਾਲੇ ਮੁੰਡੇ ਜੀ, ਮੁੰਡੇ ਕਰਾ ਦੇ ਮੈਂ ਯਾਰ ਗੁਰਮੀਤ, ਨਾਲ ਹੀ ਮੇਰੀ ਬੇਨਤੀ ਹੈ ਮੁੰਡੇ ਥੋੜਾ ਜਿਹਾ ਹੋ ਜਾ ਸੱਜੇ ਪਾਸੇ ਭਰਾ ਬਣ ਕੇ, ਤੇਰੀ ਬਹੁਤ ਮਿਹਰਬਾਨੀ ਹੋਊਗੀ, ਬਹੁਤ ਬਹੁਤ ਧੰਨਵਾਦ ਹੈ। ਔਰ ਇੱਧਰ ਕਾਲੀ ਵਾਲਾ ਗੁਰੀ ਦੀ ਟੀਮ ਦਾ ਮੈਚ ਬੜਾ ਤਗੜਾ ਖੇਡਿਆ ਜਾ ਰਿਹਾ ਹੈ, ਦੂਜੇ ਪਾਸੇ ਬੋਧੀਆਲ ਦੀ ਟੀਮ ਦਾ ਕਹਿੰਦੇ ਡਿਫੈਂਸ ਬੜਾ ਪੱਕਾ ਹੈ, ਦੋ ਵਾਰ ਹੋਇਆ ਨਾ ਜਗਪਾਲ ਭਾਈ, ਜੱਜ ਹੋਣਾ ਤੇ ਜਗਪਾਲ ਭਾਈ ਦੋ ਵਾਰ ਹੋਇਆ ਮੇਰੇ ਖਿਆਲ ਚ, ਦੋ ਵਾਰ ਇਹ ਵੀ ਮੇਰੇ ਮਿੱਤਰੋਂ ਬਹੁਤ ਵੱਡੀ ਘੂੜਾ ਸਾਹਿਬ ਹੁੰਦੀ ਹੈ, ਕਿਵੇਂ ਚੋਟੀ ਦਾ ਮੈਚ, ਆਓ ਜਗਪਾਲ ਭਾਈ ਕੌਣ ਜਿੱਤੂਗਾ, ਕਿਤੇ ਕਹਿੰਦੇ ਭਰਾ ਸਾਡਾ ਵਸਦਾ ਅਮਰੀਕਾ ਸ਼ਹਿਰ, ਅਮਰੀਕਾ ਨਿਊ ਜਰਸੀ ਸ਼ਹਿਰ ਚ, ਗੱਲਾਂ ਨਿਊ ਜਰਸੀ ਵਾਲੇ ਜੱਟਾਂ ਦੀਆਂ ਸਿਰਾ ਵੀਰੇ, ਵੱਡੀਆਂ ਗੱਲਾਂ, ਗਲਤੀ ਕਰਦੇ ਵੱਡੀ ਕਰ ਗਿਆ, ਵੱਡੀਆਂ ਬਾਤਾਂ, ਬੈਕ ਨਫਾਸਤ ਉਹਦੇ ਫੁੱਲਾਂ ਦੀ ਸਿਰਾ ਜਵਾਨ ਜਗਪਾਲ ਭਾਈ, ਫੁੱਲਾਂ ਦੀ ਉੜਦੀ ਧੂੜ, ਉਮਰ ਹੀ ਸਜ਼ਾ ਭੁਗਤਣੀ ਪੈਂਦੀ, ਸਹੀ ਗੱਲ ਆ ਕਰਤ, ਅਸਰ ਵਕਤ ਤੋਂ ਪਹਿਲਾਂ ਅਮਨਦੀਪ, ਵਧੀਆ ਅਮਨਦੀਪ ਭਾਈ, ਮੈਂ ਪੱਥਰ ਦੀ ਬੇਲੀ, ਵਧੀਆ ਵੀਰੇ ਠੀਕ ਠਾਕ, ਸਾਜਨ ਅਰੋੜਾ, ਮੈਨੂੰ ਕੀ ਹੈ ਪਰਵਾਹ, ਸਾਜਨ ਅਰੋੜਾ ਕੀ ਗਲਤ ਗੱਲ ਆ ਭਾਈ, ਪੱਥਰ ਦੀ ਬੇੜੀ ਲੈ ਕੇ ਵੀਰੇ, ਗਲਤ ਗੱਲ ਤਾਂ ਆਪਾਂ ਕਦੇ ਕੀਤੀ ਨੀ ਵੀਰੇ ਵੀਰ ਸੁਣਿਆ, ਇੱਕ ਮਿੰਟ ਨਹੀਂ ਪੜਿਆ ਉਹਦੇ ਲਈ ਮਾਫੀ, ਕਈ ਵਾਰੀ ਨਹੀਂ ਧਿਆਨ ਰਹਿੰਦਾ ਵੀਰੇ, ਸਾਰੇ ਕਮੈਂਟ ਕਈ ਵਾਰੀ ਨਹੀਂ ਵੀ ਪੜੇ ਜਾਂਦੇ, ਤੜਕੇ 9 ਵਜੇ ਦੇ ਲੱਗੇ ਕਮੈਂਟ ਪੜਨਾ ਆਪਾਂ ਮੇਰੇ ਬਾਈ, ਉਹਦੇ ਲਈ ਮਾਫੀ ਸੋਰੀ ਵੀਰੇ, 6 ਤੇ 5 ਜਿੰਨਾ ਹੁੰਦਾ ਆਪਾਂ ਕਮੈਂਟ ਪੜਦੇ ਮੇਰੇ ਬਾਈ, ਬੜਾ ਜਿਹੜੇ ਆ ਗਿਆ ਡਰੈਕਟ, ਵਾਹ ਜੀ ਵਾਹ, ਕੀ ਬਾਤ ਹੈ ਖੰਗੂੜਾ ਸਾਹਿਬ,
ਫੇਰ ਗੁੱਡ ਹੈ, ਸ਼ੁਕਰ ਹੈ, ਸ਼ੁਕਰ ਹੈ ਵਾਹਿਗੁਰੂ ਦਾ। ਉੱਪਰ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ 5-6 ਦਾ ਮੁਕਾਬਲਾ, ਬਰਾਬਰੀ ਤੇ ਮੈਚ ਖੇਡ ਸਹੀ ਹੈ, ਸਹੀ ਹੈ ਜੀ ਬਾਲ ਬਾਈ, ਉੱਨੀਆਂ ਪੁਆਇੰਟਾਂ ਦੀ ਖੇਡ ਹੈ, ਉੱਨੀ ਹੋਣਗੇ। ਚਲ ਵਧੀਆ ਵਧੀਆ ਬਾਬਾ ਮੇਰ ਕਰੇ ਪਰਮਾਤਮਾ, ਮੇਰੇ ਮਿੱਤਰੋ ਆ ਮੈਚ ਦਾ ਨਤੀਜਾ ਜਾਣਨ ਦੇ ਲਈ ਹੈ, ਆਓ ਘੱਟਿਆਂ ਲਈ ਪਿੰਡ ਦਾ ਖੁਸ਼ੀ ਹੈ, ਬਾਲਾ ਨਾਮੇ ਤੇ ਆਓ, ਬਾਲਾ ਨਾਮੇ ਤੇ ਲਾਉਣ ਨੂੰ ਫਿਰਦਾ ਹੈ, ਲੈ ਵੀ ਹੁਣ ਤੇ ਤਕੜਾ ਰਹੀ ਨਾਮਿਆ, ਉਹਦੀ ਅੱਖ ਮੈਨੂੰ ਤੇਰੇ ਤੇ ਲੱਗਦੀ ਹੈ। ਰਾਜਦੀਪ ਖੇਡ ਦੇ ਮੈਦਾਨ ਦੇ ਵਿੱਚ, ਉਹ ਕਹਿੰਦੇ ਖੇਡ ਦੇ ਮੈਦਾਨ ਚ ਕੋਸ਼ਿਸ਼ ਤੇ ਕਰਦਾ ਹੈ, ਪਰ ਤਰਖਾਣ ਵਾਲੇ ਸੇਮੀਆਂ ਸੇਮੀ ਮੁੰਡਾ ਵੀ ਅੱਜ ਤੇ ਕਹਿੰਦੇ ਮੇਰੇ ਵਾਹਿਗੁਰੂ ਮਿਹਰ ਕਰੂਗਾ ਜਗਪਾਲ ਭਾਈ, ਪਰਮਾਤਮਾ ਹੀ ਹੁੰਦਾ ਸਾਰਿਆਂ ਦਾ, ਤੈਨੂੰ ਪਤਾ ਹੈ ਨਾ। ਗੁੰਗੂੜਾ ਸਾਹਿਬ ਪਾ ਦਿੱਤਾ, ਪਵਨ ਸੰਧਾ 6-6 ਦੀ ਬਰਾਬਰੀ, ਹਰੀਸ਼ ਕੁਮਾਰ ਨਹੀਂ ਆਇਆ ਵੀਰੇ, ਨਹੀਂ ਆਇਆ ਹਰੀਸ਼, ਬਰਾਬਰੀ ਦੇ ਮੈਚ। ਹੈਲੋ ਬਾਈ ਜੀ, ਭੱਟੀਆਂ ਵਾਲੇ ਮੁੰਡਿਆਂ ਨੂੰ ਮੈਂ ਬੇਨਤੀ ਕਰਦਾ ਜਲਦੀ ਦੇ ਨਾਲ ਆ ਜਾਣ, ਉੱਧਰ ਪ੍ਰਸ਼ਾਦਾ ਪਾਣੀ ਉਹ ਛੱਕ ਰਿਹਾ ਮੇਰਾ ਵੀਰ, ਸੋ ਬੇਨਤੀ ਹੈ ਕੋਮਲ, ਕੌਣ ਕੌਣ ਗਿਆ ਹੋਇਆ ਇੱਧਰ, ਆ ਜਾਓ ਮੇਰਾ ਵੀਰ ਬਣ ਕੇ ਯਾਰ ਜਲਦੀ ਦੇ ਨਾਲ, ਖੰਜਰਾਲ ਨਹੀਂ ਆਏ ਬਾਈ, ਬਹੁਤ ਵਧੀਆ ਮੈਚ ਖੇਡਦਾ ਰਹਿਣਾ ਹੈ, ਔਰ ਧੁੰਦ ਜਲਦੀ ਹੈ ਮੇਰਾ ਵੀਰ, ਇੱਥੇ ਰੱਖ ਆਊਟ ਆਊਟ, ਠੀਕ ਚੱਲੀ ਜਾਂਦਾ ਬਾਈ ਲਾਈਵ ਆਪਣਾ ਸੱਟ ਆ ਬਾਈ, ਕਿੰਨੇ ਹੋ ਗਏ ਭਾਂਡਾ 7-6 ਰਵੀ ਤਿਵਾੜੀ, ਬਿਲਕੁਲ 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 ਬਿਲਕੁਲ, ਓਕੇ ਓਕੇ ਸਾਜਨ ਅਰੋੜਾ, ਸਹੀ ਗੱਲ ਆ ਤੇਰੀ, ਸਹੀ ਗੱਲ ਆ ਸਾਜਨ, 7-6 ਹਰਜੀਤ ਚਹਿਲ, ਬਹੁਤ ਬਹੁਤ ਧੰਨਵਾਦ ਹਰਜੀਤ, ਥੈਂਕ ਯੂ, 8-6 ਸੁੱਖਾ ਬਿਸ਼ਰੋਈ, ਹਰਜੀਤ ਚਹਿਲ, ਗੌਰਵ ਗੋਰੀਆ, ਗੁਰੂ ਸਰ ਯੋਧਾ ਨਹੀਂ ਆਈ ਬਾਈ, ਮਨਦੀਪ ਥੈਂਕ ਯੂ ਵੀਰੇ, ਮਨਦੀਪ ਸਿੰਘ ਵਾਲੀਬਾਲ ਸ਼ੂਟਿੰਗ ਆਨ ਫਾਇਰ ਪੇਜ ਤੇ, ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਜਿਹੜੇ ਭਰਾ ਲਾਈਵ ਤੇ ਹੋ, ਸ਼ੁਕਰੀਆ। ਇਧਰਲੇ ਪਾਸੇ ਵੀ ਹੁਣ ਮੈਚ ਸ਼ੁਰੂ ਕਰਨਾ ਵੀਰੇ ਆਪਾਂ, ਪਰ ਲੋਕਾਂ ਦੀ ਕਹਿੰਦੇ ਕੱਲੀ ਕੱਲੀ ਅੱਖ ਜਿਹੜੀ ਗਰਾਊਂਡ ਨੰਬਰ 2 ਤੇ ਹੈ, ਇਧਰਲੇ ਪਾਸੇ ਉਹ ਕਹਿੰਦੇ ਪਤਾ ਲੱਗਦਾ ਲੋਕਾਂ ਨੂੰ ਵੀ ਵਾਲੀਬਾਲ ਚੀਜ਼ ਕੀ ਹੁੰਦੀ ਹੈ, ਜਿਦਾਰ ਸਿੰਘ ਬਾਲਰ ਲਗਾਤਾਰ ਮੁੰਡੇ ਲਾ ਰਹੇ, ਵਿਰਾਟ ਕੋਹਲੀ ਖੜਾ ਹਰਜੀਤ ਤੇਰੇ ਪਿੰਡ ਵਾਲਾ ਮੁੰਡਾ, ਇਧਰਲੇ ਪਾਸੇ ਕਹਿੰਦੇ ਬਰਗਰਾਂ ਵਾਲਾ ਯਾਰ ਸਾਡਾ ਵਿਰਾਟ, ਉਹ ਵੀ ਕੋਲੇ ਹਰਜੀਤ, ਔਰ ਸਰਵਿਸ ਚੀਜ਼ ਬੋਲ ਬਰਾੜਾ ਉੱਚੀ ਦੇਣੇ, ਪਾਸੇ ਦਵਿੰਦਰ ਪ੍ਰਾਣ ਸਾਡਾ ਵੀ ਯੂਐਸਏ ਦੇ ਵਿੱਚ ਵੱਸਦਾ, ਬੜੀ ਵੱਡੀ ਸਪੋਰਟ ਹੈ ਭਰਾ ਸਾਡੇ ਦੀ, ਆ ਕਹਿੰਦੇ ਮੁੰਡਿਆਂ ਨੂੰ ਕਬਰੂ ਨੇ ਵੱਡੇ ਸੈਣੀ ਕੀ ਪੁੱਛਿਆ ਵੀਰੇ, ਸੈਣੀ ਜੱਜ ਨੂੰ ਫਾਈਨਲ ਵੇਟ ਕਰ ਵੀਰੇ, ਸੈਮੀ ਚੱਲੀ ਜਾਂਦੇ ਆ, ਕੀ ਦਿੱਤਾ ਇਸ ਤੋਂ ਬਾਅਦ ਫਾਈਨਲ ਵੀ ਦਿਖਾਵਾਂਗੇ, ਵੇਟ ਕਰ ਸੈਣੀ, ਕੀ ਸਪੋਰਟ ਕਰ ਸਕਦਾ ਯਾਰ ਕਿਸੇ ਦੀ, ਤੇ ਭਰਾ ਸਾਡੇ ਦਵਿੰਦਰ ਨੇ ਘਰ ਬਣਾ ਕੇ ਦਿੱਤਾ, ਜਿਹੜਾ ਮੁੰਡਾ ਖੁਸ਼ੀ ਦੇ ਪਿਛਾਂ ਖੇਡਦਾ ਹੈ, ਇਹਦੀ ਬੜਾ ਚੋਟੀ ਦਾ ਡਿਫੈਂਸਰ ਹੈ, ਇਹ ਮੁੰਡੇ ਦਾ ਕਹਿੰਦੇ ਘਰ ਬਣਾ ਕੇ ਦਿੱਤਾ ਦਵਿੰਦਰ ਬਰਾੜ ਨੇ, ਔਰ ਵੱਡੀ ਕਹਿੰਦੇ ਗੱਲਬਾਤ ਹੈ, ਵੱਡਾ ਪ੍ਰਮੋਟਰ ਸਾਡਾ ਭਰਾ, ਪਰ ਆ ਮੈਚ ਬੜਾ ਤਗੜਾ ਹੈ, ਜਿਹੜੀ ਜਿੱਤ ਗਈ ਤੇ ਫਾਈਨਲ ਦੇ ਵਿੱਚ ਪੁੱਜ ਜਾਵੇਗੀ, ਇੱਕ ਪ੍ਰਾਈਜ਼ ਤੇ ਮੋਹਰ ਰੱਖ ਜਾਵੇ, ਫੇਰ ਆਵਾਂਗੇ ਹਰਜੀਤ, ਫੇਰ ਆਵਾਂਗੇ, ਗੁਰਮੇਲ ਗਿੱਲ ਸੈਣੀ ਬਹੁਤ ਧੰਨਵਾਦ ਸ਼ੁਕਰੀਆ, ਕਮਾਲ ਦਾ ਮੈਚ ਖੇਡਿਆ ਜਾ ਰਿਹਾ ਹੈ, ਵੀ ਮੁੜ ਕੋ ਮੁੜ ਕੀ ਹੋ ਗਿਆ, ਸੇਵਕ ਸੇਵਕ ਬਰਾੜਾ ਤੇ ਕੰਡਾ ਵੀ ਜਿਸਮ ਕਠੋਰ ਚੋਂ ਬਰਾੜਾ, ਉਹ ਚੜੀ ਜਵਾਨੀ ਗਰਮ ਖੂਨ ਲਲਕਾਰ, ਓਏ ਵਾਹ ਨਮਿਆ ਖੇਲੇ ਮਰਦ ਮਦਾਨੋ, ਓਏ ਐਨੇ ਸਰਾਏ ਕਰਨਿਆ ਮੈਂ ਰਿਸਾ ਸੁਣਿਆ, ਬਾਲ ਮੋੜ ਕੇ ਓ ਤੇਰੇ ਲੜਦੇ ਤੇਰੇ, ਕੋਈ ਨਾ ਕੋਈ
ਹਾਂ ਤੇ ਬਹੁਤ ਵੱਡੀ ਗਲਤੀ ਕਰ ਗਿਆ ਸੋਹਣਿਆ ਵੀਰਾ। ਹੁਣ ਦੱਸੀ ਮੁੰਨੇ ਲੱਟਾਂ ਬਹੁਤ ਸਿਰਾ ਜਾਵਾਂ ਐਂਡ ਲੱਟਾਂ ਬਲਕਾਰ ਪਨੇਰ ਐਂਡ ਲੱਟਾਂ ਐਂਡ ਜਾਵਾਂ ਬਲਕਾਰ ਕਿਵੇਂ ਆ? ਸੱਤ ਤੇ ਅੱਠ ਜਮਾ ਸਿਰਾ ਹੀ ਲਾਇਆ ਪਿਆ ਲਾਈਟਾਂ ਵਾਲਾ ਤਾਂ ਦਿਨ ਚੜਿਆ ਪਿਆ ਭਦੇ ਲਾਈਟ ਦੀ ਟੀਮ ਨੇ ਆ ਸਾਰ ਮਾਜਰਾ ਮੋਦੀਆਂ ਦੀ ਟੀਮ ਦੇ 7 ਨੰਬਰ ਇਧਰ 8 ਪੁਆਇੰਟ ਉੱਪਰਲੇ ਪਾਸੇ 8 ਪੁਆਇੰਟ ਆ ਜਿਹੜੇ ਪਿੰਡ ਦੇ ਗੁਰੀ ਹੋਣਾ ਦੇ ਕਰਨ ਵਰਗਿਆਂ ਦੇ ਆਸ਼ੂ ਦੀ ਟੀਮ ਦੇ 8 ਪੁਆਇੰਟ ਆ ਜਿਹੜੀ ਟੀਮ ਲਈ ਧਾਮਾ ਖੇਡਦਾ ਰਾਜਦੀਪ ਖੇਡਦਾ ਔਰ ਟੱਕਰ ਸਿਰੇ ਦੀ ਆ ਇਧਰ ਲਾਲਾ ਕਹਿੰਦੇ ਆ ਮੇਰੇ ਮਿੱਤਰੋ ਤੇ ਲਾਲੇ ਦੇ ਗਾਣੇ ਵੀ ਹਾਲ ਚਾਲ ਗੌਰਵ ਗੌਰੀਆ ਵਧੀਆ ਵਧੀਆ ਗੌਰਵ ਨਾਲ ਹੀ ਬੇਨਤੀ ਆ ਲੈ ਵੀ ਪਿੰਡਾਂ ਜੇ ਚੁੱਕਿਆ ਨਾ ਉਹ ਭਰਾ ਸੁੱਖ ਬਰਾੜ ਦੇ ਵੱਲੋਂ ਕੀਤਾ ਜਾਵੇਗਾ 5500 ਦੀ ਨਗਦ ਰਾਸ਼ੀ ਔਰ ਨਾਲ 5 ਕਿਲੋ ਦੇਸੀ ਘਿਓ ਦਿੱਤਾ ਜਾਣਾ ਹੈ। ਮੇਰੀ ਬੇਨਤੀ ਹੈ ਆਓ ਮੇਰਾ ਵੀਰ ਪਹਿਲਾਂ ਸਨਮਾਨ ਕਰਾ ਦੀ ਆਪਾਂ ਕਲੱਬ ਵਾਲੇ ਮੁੰਡਿਆਂ ਨੂੰ ਮੇਰੀ ਬੇਨਤੀ ਹੈ ਵੀ ਨਾਲ ਹੋ ਜਾਣ ਔਰ ਚੁੱਕਿਆ ਨਾ ਪਿੰਡਾਂ ਜਿੱਥੇ ਵੀ ਵਾਸ ਸੁਣਦਾ ਮੇਰਾ ਵੀਰ ਇੱਧਰ ਗਰਾਊਂਡ ਨੰਬਰ 2 ਦੇ ਕੋਲ ਆ ਜਾਵੇ ਉਹ ਆਪਣਾ ਸਨਮਾਨ ਜ਼ਰੂਰ ਲਵੇ। ਸਾਡਾ ਵੀਰ ਸੁੱਖ ਬਰਾੜ ਵੱਸਦਾ UK ਦੇ ਵਿੱਚ ਉਹ ਭਰਾ ਦੇ ਵੱਲੋਂ ਅੱਜ ਪਿੰਡੇ ਦਾ ਮਾਣ 5500 ਦੀ ਨਗਦ ਰਾਸ਼ੀ ਔਰ ਨਾਲ 5 ਕਿਲੋ ਦੇਸੀ ਘਿਓ ਦਿੱਤਾ ਜਾਵੇਗਾ। ਬਹੁਤ ਵੱਡੀਆਂ ਮੁਬਾਰਕਾਂ ਔਰ ਇਧਰਲੇ ਪਾਸੇ ਕਰਨ ਗਲਤੀ ਕਰ ਗਿਆ ਤੇ ਸਫਲਤਾ ਜਿਹੜੀ ਬੋਧੀਆਂ ਦੀ ਟੀਮ ਦੇ ਖਾਤੇ ਤੇ ਜੁੜ ਗਈ ਹੈ। ਸਾਈਂ ਕਿੱਥੇ ਕਰਦਾ ਮਾਣ ਸਨਮਾਨ ਇੱਧਰ ਰਾਈਵ ਕੋਲੇ ਕਿ ਇਧਰਲੇ ਪਾਸੇ ਆ ਜਾਓ ਜੀ ਮੇਰਾ ਵੀਰ ਇੱਧਰ ਲਾਈਵ ਦੇ ਕੋਲੇ ਆ ਜਾਓ ਮੇਰਾ ਵੀਰ ਕੈਮਰਾ ਘੁਮਾ ਲਾਂਗੇ ਆਪਾਂ ਬਾਹਰਲੇ ਪਾਸੇ ਨੂੰ ਕਰ ਲਵਾਂਗੇ। ਪਿੰਦੇ ਆ ਮੇਰਾ ਵੀਰ ਬਣ ਕੇ ਲਓ ਸਨਮਾਨ ਆਪਣਾ ਬਾਈ ਪਿੰਦਾ ਚੁੱਕਿਆ ਵਾਲਾ ਵਾਹ ਮੁੰਡਿਓ ਬੱਲੇ ਮੁੰਡਿਓ ਪੁਆਇੰਟ ਲੱਗ ਗਿਆ ਉਧਰ ਮੈਨੂੰ ਲੱਗਦਾ ਮੈਂ ਵੀ ਆਓ ਵਰੇ ਜਲਦੀ ਦੇ ਨਾਲ ਕਲੱਬ ਵਾਲੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਨਾਲ ਜੱਜ ਆ ਜੇ ਧੂੜ ਕੋਟੀਆ ਔਰ ਚੁੱਕਿਆ ਨਾਲ ਸੇਨਾ ਵੀ ਆ ਜੇ ਮੇਰੀ ਬੇਨਤੀ ਹੈ। ਲੈ ਵੀ ਬੁੱਢੇ ਆ ਜਾਓ ਕਰੀਏ ਸਨਮਾਨ ਆਪਾਂ ਵੀਰ ਦਾ ਚੁੱਕਿਆ ਵਾਲੇ ਪਿੰਦੇ ਦਾ ਮਾਣ ਸਨਮਾਨ 5500 ਦੀ ਨਗਦ ਰਾਸ਼ੀ ਔਰ ਨਾਲ 5 ਕਿਲੋ ਦੇਸੀ ਘਿਓ ਦੇ ਨਾਲ ਕੀਤਾ ਜਾਣਾ ਮੇਰੇ ਭੱਟੀਆਂ ਦੀ ਟੀਮ ਯਾਰ ਹੁਣ ਤੇ ਆਓ ਬਾਈ ਚਲੋ ਚਲੋ ਇੱਧਰ ਨੂੰ ਆਏ ਆ ਜੋ ਆਏ ਲੈ ਵੀ ਆ ਪਿੰਦੇ ਪਿੰਦੇ ਦਾ ਸਨਮਾਨ 5500 ਦੀ ਨਗਦ ਰਾਸ਼ੀ
ਔਰ ਨਾਲ 5 ਕਿਲੋ ਦੇਸੀ ਘਿਓ ਦੇ ਨਾਲ ਕੀਤਾ ਜਾਣਾ ਹੈ। ਬਹੁਤ ਵੱਡੀਆਂ ਮੁਬਾਰਕਾਂ ਪਿੰਡੇ ਨੂੰ। ਪਿੰਡਾ ਹੈ ਕਿੱਥੇ, ਫੋਨ ਲਾ ਲਓ ਪਹਿਲਾਂ ਵੱਡੇ ਖੜਾ ਹੀ ਹੋਣੇ ਯਾਰ। ਰਾਹੁਲ ਵੇਟ ਕਰ ਵੀਰੇ ਵੇਟ, ਲੈ ਵੀ ਆ ਜਾਓ, ਮੇਰੀ ਬੇਨਤੀ ਆ ਪਿੰਡੇ ਕਿੱਦਾਂ ਵੀ ਆ ਜੇ ਨਾਲ ਜੁੱਗੀ ਹੋਣੀ ਜੇਕਰ ਹੈਗੇ ਤੇ ਕਿਰਪਾ ਕਰਕੇ ਸਾਰੇ ਆ ਜਾਓ ਮੁੰਡੇ। ਬਹੁਤ ਵੱਡੀਆਂ ਮੁਬਾਰਕਾਂ ਪਿੰਡਾਂ ਦੀ, ਬਹੁਤ ਚੋਟੀ ਦਾ ਖਿਡਾਰੀ ਆ, ਔਰ ਜਿੱਥੇ ਖਿਡਾਰੀ ਵਧੀਆ ਉੱਥੇ ਇਨਸਾਨ ਬਹੁਤ ਵਧੀਆ, ਪਿੰਡਾਂ ਚੁੱਕਿਆਂ ਵਾਲਾ। ਔਰ ਜਿੰਨੀ ਵੀ ਸੰਗਤ ਆ, ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਮੇਰੇ ਜਿੰਨੇ ਕੁ ਭਰਾ ਤੁਸੀਂ ਬੈਠੇ ਹੋ ਤਵਿੱਤਰ ਖੇਡ ਗਰਾਊਂਡ ਦੇ ਆਸੇ ਪਾਸੇ, ਆਓ ਆ ਗਿਆ ਚੁੱਕਿਆਂ ਵਾਲਾ ਪਿੰਡਾਂ ਵੀਰੇ ਮੁੰਡੇ, ਇੱਕ ਵਾਰੀ ਵਾਲਾ ਭਰਾ ਲਈ ਜ਼ੋਰਦਾਰ ਤਾੜੀ ਮਾਰ ਦੋ ਮੇਰਾ ਵੀਰ ਬਣ ਕੇ। 5500 ਦੀ ਨਗਦ ਰਾਸ਼ੀ ਔਰ 5 ਕਿਲੋ ਦੇਸੀ ਘਿਓ ਦਿੱਤਾ ਜਾਵੇਗਾ ਸਾਡੇ ਵੀਰ ਸੁੱਖ ਬਰਾੜ ਯੂਕੇ ਵੱਲੋਂ, ਨਾਲ ਵੀਰੇ 5 ਕਿਲੋ ਦੇਸੀ ਘਿਓ ਤੇ 5100 ਦੀ ਨਗਦ ਰਾਸ਼ੀ। ਬਹੁਤ ਬਹੁਤ ਮੁਬਾਰਕਾਂ ਪਿੰਡੇ ਨੂੰ, ਲੈ ਵੀ ਆ ਜਾਓ ਸਰਾ ਯਾਰ ਪਿੰਡੇ ਨੂੰ, ਬਹੁਤ ਬਹੁਤ ਮੁਬਾਰਕਾਂ ਕਰਵਾ ਦਈਏ। ਬਹੁਤ ਵੱਡੀਆਂ ਮੁਬਾਰਕਾਂ ਚੁੱਕਿਆਂ ਨੇ ਪਿੰਡੇ ਨੂੰ, 5 ਕਿਲੋ ਦੇਸੀ ਘਿਓ ਤੇ 5100 ਦੀ ਜਿਹੜੀ ਨਗਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਬਹੁਤ ਵੱਡਾ ਧੰਨਵਾਦ ਹੈ ਸਾਡੇ ਭਰਾ ਸੁੱਖ ਬਰਾੜ ਦਾ, ਔਰ ਜਿਹਨੇ ਵੱਡਾ ਮਾਨ ਸਨਮਾਨ ਜਿਹੜਾ ਬਖਸ਼ਿਆ ਹੈ ਸਾਡੇ ਵਾਲੀਬਾਲ ਦੇ ਇਹ ਅਨਮੋਲ ਹੀਰੇ ਨੂੰ। ਮੁਬਾਰਕਾਂ ਵੀਰੇ, ਇੱਕ ਵਾਰੀ ਤਾੜੀ ਮਾਰ ਦੋ ਵੀਰੇ ਜਿੰਨੀ ਵੀ ਸੰਗਤ, ਬਹੁਤ ਬਹੁਤ ਮੁਬਾਰਕਾਂ ਪਿੰਡਾਂ ਚੁੱਗਾ ਪਿੰਡੇ ਨੂੰ ਸਰਾ ਯਾਰ 5000 ਦੀ ਨਗਦ ਰਾਸ਼ੀ ਨਾਲ 5 ਕਿਲੋ ਦੇਸੀ ਘਿਓ ਦਿੱਤਾ ਗਿਆ। ਮੁਬਾਰਕਾਂ ਪਿੰਡੇ, ਪਰਮਾਤਮਾ ਹੋਰ ਵੀ ਤਰੱਕੀਆਂ ਬਖਸ਼ੇ ਸਾਡੇ ਭਰਾ ਨੂੰ। ਵੱਡਾ ਧੰਨਵਾਦ ਮੈਂ ਕਰਾਂਗਾ ਸਾਡੇ ਵੀਰ ਸੁੱਖ ਬਰਾੜ ਦਾ। ਓਕੇ ਸਰ, 5000 ਦੀ ਨਗਦ ਰਾਸ਼ੀ ਨਾਲ 5 ਕਿਲੋ ਦੇਸੀ ਘਿਓ ਜਿਹੜਾ ਭਰਾ ਨੂੰ ਦਿੱਤਾ ਜਾ ਰਿਹਾ। ਬਹੁਤ ਬਹੁਤ ਮੁਬਾਰਕਾਂ ਨੇ, ਲੈ ਵੀ ਕਰੋ ਸ਼ੁਰੂ ਮੈਚ ਮੁੰਡੇ ਕਰਾ ਮੈਚ, ਲੈ ਬਈ ਆਇਓ ਮਾੜਾ ਜਿਹਾ ਸਾਈਡ ਤੇ ਬਈ ਚ ਲੱਗੇ ਮੈਚ ਆਪਾਂ ਮੁੰਡਿਓ। ਹਾਂਜੀ ਹਾਂਜੀ ਵੀਰੇ, ਨਵਜੋਤ, ਵਾਹ ਵਾਹ ਨਵਜੋਤ ਸਿੱਧੂ, ਕਿਆ ਬਾਤ ਹੈ। ਇੱਕੋ ਮਿੰਟ, ਕਿੱਧਰ ਗਿਆ ਦਿਲਸ਼ਾਦ ਆਪਣਾ, ਦਿਲਸ਼ਾਦ ਕਿੱਧਰ ਉੱਠ ਗਿਆ ਦਿਲਸ਼ਾਦ ਯਾਰ। ਇੱਕੋ ਮਿੰਟ ਨਵਜੋਤ, ਹੈਲੋ, ਵਾਹ ਜੀ ਵਾਹ, ਬਹੁਤ ਚੋਟੀ ਦਾ ਮੈਚ ਆ, ਲਓ ਸਾਈਡਾਂ ਇਧਰਲੇ ਪਾਸੇ ਚੇਂਜ ਹੋ ਗਈਆਂ ਨੇ। ਦਿਲਸ਼ਾਦ, ਹਾਂਜੀ ਜਨਾਬ, ਕਿੱਥੇ ਆ ਬੜਾ ਬਾਈ ਗੱਲ ਸੁਣੀ। ਹਾਂਜੀ ਬੋਲੋ ਜੀ ਜਨਾਬ, ਕਿੱਥੇ ਹੋ, ਹੁਕਮ ਤੇ ਲਾਓ ਜੀ, ਕਹਿਣਾ ਕੀ ਹੈ। ਨਵਜੋਤ ਸਿੱਧੂ ਕੈਲਗਰੀ, ਹਾਂਜੀ ਹਾਂ, ਬਹੁਤ ਬਹੁਤ ਧੰਨਵਾਦ ਹੈ ਸਾਡਾ ਭਰਾ, ਦਾਰੇ ਦਾ ਸਨਮਾਨ 5500 ਨਾਲ ਕੌਂ ਕਹਿੰਦੇ ਕੱਪ ਤੇ, ਇੱਥੇ ਰੱਖ ਵੱਡੀਆਂ ਕਹਿੰਦੇ ਗੱਲਾਂ ਨੇ। ਉਧਰ ਨਗਜੋਤ ਆ ਸਾਡਾ ਭਰਾ, ਨਗਜੋਤ ਸਿੱਧੂ ਕਲੱਬ ਕੈਲਗਰੀ ਦੀਆਂ ਕਹਿੰਦੇ ਵੱਡੀਆਂ ਗੱਲਾਂ ਭਰਾ ਨੇ। ਕਬੱਡੀ ਦੀ ਵੀ ਟੀਮ ਜਿਹੜੀ ਸਪੌਂਸਰ ਕੀਤੀ ਹੈ, ਔਰ ਨਾਲ ਕਾਸਕੋ ਕ੍ਰੇਡ ਦੀ ਵੀ ਕਹਿੰਦੇ ਭਰਾ ਨੇ, ਪਿੰਡ ਦੀ ਟੀਮ ਜਿਹੜੀ ਵੱਡੀ ਸਪੋਰਟ ਹੈ, ਵੱਡਾ ਕਹਿੰਦੇ ਨਾਮ ਆ ਸਾਡੇ ਭਰਾ ਦਾ, ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਤੇ ਹਸਪਿੰਦਰ ਦਾ ਨਾ ਵੀ ਢਿੱਲੋ ਇੱਕ ਨਵਾਂ ਗਾਣਾ ਆਇਆ ਹੈ, ਤੇ ਭਰਾ ਸਾਡੇ ਨਗ ਤੇ ਬੜਾ ਢੁੱਕਦਾ ਹੈ ਵੀ ਹੁੰਦੀ ਸੀ ਗਰੀਬੀ ਨਖਰੋ ਅਸੀਂ ਮਾਰ ਕੇ ਚਪੇੜਾਂ ਘਰੋਂ ਕੱਢੀ, ਹੁੰਦੀ ਸੀ ਗਰੀਬੀ ਨਖਰੋ
ਅਸੀਂ ਮਾਰ ਕੇ ਚਪੇੜਾ ਘਰੋਂ ਕੱਢੀਏ। ਔਰ ਨਾਲ ਇਹਦੇ ਚਾਚੇ ਦਾ ਬੇਟਾ ਸ਼ੈਰੀ ਹੈ, ਭਰਾਵਾਂ ਨੇ ਰਲ ਕੇ ਕਹਿੰਦੇ ਵੱਡੀ ਖੇਡ ਕਲੱਬ ਬਣਾਈ ਹੈ ਤੇ ਵੱਡੀ ਸਪੋਰਟ ਹੈ। ਆਉਣ ਵਾਲੇ ਟਾਈਮ ਦੇ ਵਿੱਚ ਭਰਾ ਸਾਡੇ ਕਹਿੰਦੇ ਗੱਲਾਂ ਹੋਰ ਵੀ ਵੱਡੀਆਂ ਹੋਣਗੀਆਂ। ਉਧਰ ਨਾਗ ਸਿੱਧੂ ਕਹਿੰਦੇ ਕੌਕਿਆਂ ਵਾਲਾ ਕਹਿੰਦਾ ਵੀ ਤਾਰੇ ਦਾ ਸਨਮਾਨ 5100 ਦੀ ਨਗਦ ਰਾਸ਼ੀ ਨਾਲ ਕਰਾਂਗੇ ਆਪਾਂ ਕੌਕਿਆਂ ਦੇ ਵੱਡੇ ਕੱਪ ਦੇ। ਉਹ ਗੱਲਾਂ ਹੋਣਗੀਆਂ 10 ਫਰਵਰੀ ਕਹਿੰਦੇ ਕੌਕਿਆਂ ਦੇ ਵੱਡੇ ਕੱਪ ਦੀ ਹੋਣੀ ਹੈ, ਪਰ ਅੱਜ ਕਹਿੰਦੇ ਗਿੱਲ ਦੀ ਧਰਤੀ ਹੈ। ਉਹ ਪੈਂਦੇ ਦਿਸਣ ਭੜਾਕੇ ਵੀ ਜਦੋਂ ਜਵਾਨੀ ਆਉਂਦੀ। ਵਰਿੰਦਰ ਪੰਧੇਰ ਲਾਈਟਾਂ ਸਰਾ ਪੰਧੇਰ ਸਾਹਿਬ ਐਂਡ ਲਾਈਟਾਂ ਜਮਾ ਨਵਦੀਪ ਗਿੱਲ ਫਿਰੋਜ਼ਸ਼ਾਹ ਬੀ ਹਰਗੀ ਵੀਰੇ ਫਿਰੋਜ਼ਸ਼ਾਹ ਬੀ ਹਰਗੀ ਵੀਰੇ ਨਵਦੀਪ ਗਿੱਲ ਪੱਟੀਆਂ ਤੋਂ 8-10 8 ਕਿਹੜੇ ਪਾਸੇ ਮੰਨਾ। ਬਹੁਤ ਬਹੁਤ ਧੰਨਵਾਦ ਬੁੱਢੇ ਕਰਾ ਮੈਚ ਉਧਰ ਓਕੇ ਜੀ 8-10 ਦਾ ਮੁਕਾਬਲਾ 8-10 ਸਿਰਾ ਹਰ 10 ਨੰਬਰ ਆ ਜਿਹੜੇ ਕਾਲੀ ਵਾਲੀ ਟੀਮ ਦੇ ਵਾਹ ਖੁਸ਼ੀ ਕੱਟਿਆਲੀ ਦੇ ਖੁਸ਼ੀ ਨੇ ਪੁਆਇੰਟ ਜੋੜਤਾ ਦੁਨੀਆ ਦਾ ਕਹਿੰਦੇ ਮਹਾਨ ਬਣ ਗਿਆ ਬੜੀ ਮਿਹਨਤ ਆ ਮੁੰਡੇ ਦੀ ਸਿਰੇ ਦਾ ਕਹਿੰਦੇ ਪੁਆਇੰਟ ਇੱਕ ਹੋਰ ਜੋੜ ਦਿੱਤਾ ਮੁੰਡੇ ਨੇ ਆਪਣੀ ਟੀਮ ਦੇ ਲਈ ਕੋਈ ਚੱਕਰ ਨਾ 400 ਰੁਪਿਆ ਜਸਵੰਦਰ ਢਿੱਲੋਂ ਦੇ ਲਈ ਨਵਜੋਤ ਸਿੱਧੂ ਕਲੱਬ ਕੈਲਗਰੀ ਵੱਲੋਂ ਬਹੁਤ ਬਹੁਤ ਧੰਨਵਾਦ ਨਵਜੋਤ ਧੰਨਵਾਦ ਮੈਂ ਕਰਦਾ ਨਾਲ ਹੀ ਉਧਰ ਨਵਜੋਤ ਦਾ ਭਰਾ ਸਾਡਾ ਲੈ ਵੀ ਨਾਗਾ ਜਿਵੇਂ ਆਪਣਾ ਬਾਜੀ ਕਹਿੰਦਾ ਹੁੰਦਾ ਤੇਰਾ ਵੀ ਦਿਲੋਂ ਧੰਨਵਾਦ ਸੋਹਣਿਆ ਵੀਰਾ ਨਵਜੋਤ ਸਿੱਧੂ ਕੈਲਗਰੀ ਵਾਲਾ ਭਰਾ ਸਾਡਾ ਕਹਿੰਦਾ ਵੀ ਜਸਵਿੰਦਰ ਢਿੱਲੋਂ ਦਾ ਮਾਣ ਆਪਾਂ 6500 ਦੀ ਨਗਦ ਰਾਸ਼ੀ ਨਾਲ ਕਰਾਂਗੇ ਜਸਵਿੰਦਰ ਢਿੱਲੋਂ ਨੂੰ ਵੀ ਵੱਡੀਆਂ ਮੁਬਾਰਕਾਂ ਸਾਡੇ ਵੱਡੇ ਭਰਾ ਦਾ ਮਾਣ 6500 ਦੀ ਨਗਦ ਰਾਸ਼ੀ ਦੇ ਨਾਲ ਕੀਤਾ ਜਾਊਗਾ ਵੀ ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਜਿੰਦ ਜਾਨ ਤੇਰੇ ਤੋਂ ਵਾਰਾਂਗੇ ਥੈਂਕ ਯੂ ਨਵਜੋਤ ਪਿੰਡ ਦਾ ਕਹਿੰਦੇ ਕੀਰਤ ਵੀ ਲਾਈ ਤੇ ਹਾਂ ਵੀਰੇ ਜੀਵਨ ਬਾਈ ਕੀਰਤ ਵੀ ਮੇਰੇ ਆ ਰਹੇ ਹਾਂ ਜੀ ਆ ਰਹੇ ਹਾਂ ਜੀਵਨ ਰਾਮ ਜਲਦੀ ਕਰਦੇ ਜਲਦੀ ਟੀਮ ਦਾ ਪੈਰ ਚੱਲਦਾ ਹੋਵੇ ਪਰ ਉਧਰਲੇ ਪਾਸੇ ਖੁਸ਼ੀ ਦੇ ਕਦੇ ਕਿੱਥੇ ਨਹੀਂ ਕਰਦੀ ਆ ਲੈ ਵੀ ਗੁਰੀ ਭਾਵੇਂ ਵਰਲਡ ਕੱਪ ਜਿੱਤ ਜੀ ਖੁਸ਼ੀ ਤੇਰਾ ਨਾ ਲੱਗੀ ਸਵਾਦ ਨੀ ਆਉਣਾ ਹੁਣ ਤੇ ਤਗੜਾ ਹੋਣਾ ਪਊਗਾ ਵੀ ਦੁਸ਼ਮਣ ਨਾਲ ਪੰਗਾ ਲਈਏ ਤੇ ਮੁੜ ਕਿਹੜਾ ਢਿੱਲੇ ਪਈਏ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਨਿਆਉਂਦਾ ਨੀ ਰੰਮੀ ਰੰਮੀ ਗਰੇਵਾਲ ਮੁੜ 4 ਫਰਵਰੀ ਇਧਰ ਓਕੇ ਓਕੇ ਜ਼ਰੂਰ 4 ਫਰਵਰੀ ਖੁਸ਼ੀ ਫੇਰ ਰੰਮੀ ਦੇ ਪਿੰਡ ਬੱਲੇ 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 ਨਾ ਲੜੀ ਦਾ ਕੱਪ 4 ਫਰਵਰੀ ਨੂੰ ਓ ਬੱਲੇ ਖੁਸ਼ੀ ਆਇਆ ਹੋਇਆ ਹਰ ਜਾ ਪਾਸੇ ਅੱਜ ਤੇ ਖੁਸ਼ੀ ਆਇਆ ਹੋਇਆ ਜੱਜ ਤੇ ਖੁਸ਼ੀ ਰਵਾਨਾ ਹੋ ਰਹੇ ਆ ਜੀ ਹੋ ਰਿਹਾ ਜੀਵਨ ਬਾਈ ਸਾਹਮਣੇ ਤਿਰਖਾਣ ਵਾਲੇ ਪਿੰਡ ਦੇ ਓਕੇ ਨਵਜੋਤ ਪਿਆ ਬਾਲ ਤੇ ਫਾਊਲ ਹੈ 3100 ਦਾ ਦਰਸ਼ਾਦ ਦਾ ਸਨਮਾਨ ਦਰਸ਼ਾਦ ਤਲਵੰਡੀ ਦਾ ਸਨਮਾਨ ਬਹੁਤ ਬਹੁਤ ਧੰਨਵਾਦ ਹੈ ਉਧਰ ਨਾਗਜੋਤ ਸਾਡਾ ਭਰਾ ਸਿੱਧੂ ਕੈਲਗਰੀ ਹੈ ਵੱਡੀ ਖੇਡ ਕਲੱਬ ਹੈ ਕਿਉਂਕਿ ਵੀਰ ਕਹਿੰਦਾ ਵੀ ਤਲਵੰਡੀ ਵਾਲੇ ਦਰਸ਼ਾਦ ਦਾ ਵੀ ਮਾਣ ਕਰਾਂਗੇ ਆਪਾਂ 3100 ਦੀ ਨਗਦ ਰਾਸ਼ੀ ਦੇ ਨਾਲ ਬਹੁਤ ਵੱਡਾ ਧੰਨਵਾਦ ਹੈ ਸਾਡੇ ਭਰਾ ਦਾ ਨੌ ਲੜੀ 4 ਫਰਵਰੀ ਦਾ ਕੱਪ ਨਾਲ ਹੀ ਨੌ ਲੜੀ ਦੀ ਧਰਤੀ ਤੇ 4 ਫਰਵਰੀ ਨੂੰ ਕਹਿੰਦੇ ਰੌਣਕਾਂ ਲੱਗਣਗੀਆਂ ਨੌ ਲੜੀ ਪਿੰਡ ਕਹਿੰਦੇ ਰੰਮੀ ਹੋਣਾ ਦਾ ਪਿੰਡ ਆ ਸਾਡੇ ਵੀਰਾਂ ਦਾ ਤੇ ਨੌ ਲੜੀ ਦੀ ਰੌਣਕਾਂ ਕਹਿੰਦੇ ਹੋਣਗੀਆਂ ਥੈਂਕ ਯੂ ਵਰਿੰਦਰ ਪੰਧੇਰ ਬਾਈ ਔਰ 4 ਫਰਵਰੀ ਨੂੰ ਸ਼ੁਕਰੀਆ ਵਰਿੰਦਰ ਪੰਧੇਰ ਹੋਰ ਬੰਗਰੀ ਨਾ ਕੋਈ ਗੱਲਬਾਤ ਉੱਥੇ ਕੀ ਕੰਮ ਕਰ ਤੋਰਿਆ ਚੰਡੀਗੜ੍ਹ ਮੁੱਢਲੇ ਟਾਈਮ ਦਾ ਕਿਵੇਂ ਤੂੰ ਪ੍ਰਾਈਵੇਟ ਜੌਬ ਹੀ ਯਾਰ ਬਸ ਠੀਕ ਆ ਪਿੰਡ ਨਾਲੋਂ ਵਿਹਲੇ ਨਾਲ ਚੰਗੇ ਆ ਇਹ ਤਾਂ ਹੈ ਤੇਰੀ ਗੱਲ ਮੋਟਾ ਆਉਂਦਾ ਕਿਆ ਯਾਰ ਮੈਨੂੰ 7-8 ਸਾਲ ਹੋ ਗਏ
ਜੀਵਨ ਬਾਈ ਕਿਆ ਹਾਲ ਚਾਲ ਸੂਰਤ ਬੰਦੇ ਇਧਰ ਢਿਲਵਾਲੇ ਪਾਸੇ ਚਲੋ ਓਕੇ ਬਾਈ ਬੋਲਦੇ ਸਾਰੇ ਚੁੱਪ ਬੈਠੇ ਆ ਦੱਸ ਕਰ ਕਿੰਨੇ ਦਸ ਗਿਆਰਾਂ ਦਸ ਤੇ ਗਿਆਰਾਂ ਦੀ ਟੱਕਰ ਹੈ ਦਸ ਕਾਲੀ ਵਾਲਾ ਦਸ ਨੰਬਰ ਆ ਕਾਲੀ ਵਾਲੀ ਟੀਮ ਦੇ ਗਿਆਰਾਂ ਕੈਮਰੇ ਸਾਹਮਣੇ ਗਿਆਰਾਂ ਨੰਬਰ ਆ ਜਿਹੜੇ ਬੋਧੀ ਟੈਨ ਇਲੈਵਨ ਦਸ ਤੇ ਗਿਆਰਾਂ ਨੰਬਰ ਸੈਮੀ ਮੈਚ ਹੈ ਬਾਈ ਯਾਰ ਇੱਕ ਨੰਬਰ ਗਰਾਊਂਡ ਜਿੱਤਣ ਵਾਲੀ ਟੀਮ ਨੇ ਫਾਈਨਲ ਚ ਪਹੁੰਚ ਜਾਣਾ ਟਾਈਮ ਹੋ ਗਿਆ ਬੁੱਢੇ ਬਾਅਦ ਚ ਵੇਖ ਲਿਓ ਮੇਰਾ ਵੀਰ ਬਣ ਕੇ ਪਤਾ ਲੱਗ ਜਾਣਾ ਨਤੀਜਿਆਂ ਦਾ ਵੀ ਕੌਣ ਜਿੱਤ ਗਿਆ ਉਧਰ ਮੈਂ ਐਨ ਬਾਈ ਐਨ ਬਣ ਕੇ ਐਨ ਵੀਰੇ ਗਿਆਰਾਂ ਤੇ ਦਸ ਉਧਰ ਪੱਟੀਆਂ ਬਾਬਾ ਸਿੰਘ ਸਪੋਰਟਸ ਕਲੱਬ ਦੀ ਟੀਮ ਨੇ ਪਹਿਲਾਂ ਇੱਕ ਵੱਡੀ ਟੀਮ ਨੂੰ ਘਰ ਦਾ ਰਸਤਾ ਦਿਖਾਇਆ ਔਰ ਇਧਰਲੇ ਪਾਸੇ ਨੱਥੂ ਵਾਲਾ ਗੰਗਾਨਗਰ ਸਪੋਰਟਸ ਲਾਈਵ ਆ ਥੈਂਕ ਯੂ ਰੋਡਿਆਂ ਵਾਲਾ ਚੈਣਾ ਤੇ ਨਾਲ ਅੱਜ ਮੱਖਣ ਖੇਡਦੇ ਵੱਡੀ ਕਹਿੰਦੇ ਖੇਡ ਕਲੱਬ ਬਣੀ ਹੋਈ ਹੈ ਔਰ ਉਧਰਲੇ ਪਾਸੇ ਪੱਟੀਆਂ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨੇ ਕਹਿੰਦੇ ਥਾਪੜੇ ਇਧਰ ਗਿਆਰਾਂ ਤੋਂ ਬਾਰਾਂ ਉਧਰ ਪਰ ਮੇਰੇ ਮਿੱਤਰੋ ਇਧਰ ਲਾਲਾ ਤੇ ਕਹਿੰਦੇ ਗੁਰੀ ਨਾਲ ਰਾਜਦੀਪ ਆਇਆ ਹੋਇਆ ਉਹ ਕਹਿੰਦੇ ਬੁਈਆਂ ਦਾ ਪਿੰਡ ਆ ਰਾਜਦੀਪ ਦਾ ਇਹਦੀ ਆਉਣ ਵਾਲੇ ਕੱਲ ਦਾ ਕਹਿੰਦੇ ਵੱਡਾ ਮੱਲ ਬਣੇਗਾ ਮੇਰੇ ਮਿੱਤਰੋ ਪਰ ਮੈਚ ਬੜਾ ਤਕੜਾ ਖੁਸ਼ੀ ਬਾਰਾਂ ਦਸ ਟਵੈਲਵ ਟੈਨ ਵੱਡੀ ਖੇਡ ਕਲੱਬ ਕੈਲਗਰੀ ਦੇਵਿੰਦਰ ਬਰਾੜ ਕਲੱਬ ਯੂ ਐਸ ਏ ਬੋਧੀ ਵਾਲਾ ਕੈਮਰੇ ਸਾਹਮਣੇ ਬਰਾੜ ਢਿੱਲੋਂ ਦਾ ਮਾਨ ਵੀਰ ਕਹਿੰਦੇ ਆਪਾਂ 5100 ਦੀ ਵਰਿੰਦਰ ਭਦੇਰ ਪਰ ਨਾਲ 3100 ਨਾਲ ਬੋਲਾਂ ਦਾ ਵੀ ਮਾਣ ਕਰਨਾ ਵੀਰ ਦੇ ਦਿਲੋਂ ਸ਼ੁਕਰੀਆ ਚੋਟੀ ਦੇ ਮੈਚ ਖੇਡੇ ਜਾ ਰਹੇ ਆ ਸੋ ਉਧਰਲੇ ਪਾਸੇ ਨਵਜੋਤ ਕੀ ਹਾਲ ਚਾਲ ਫਿੱਟ ਆ ਕੰਮ ਨਵਜੋਤ ਕੈਲਗਰੀ ਉਹ ਬਾਲ ਖੁਸ਼ੀ ਇੱਥੇ ਰੱਖ ਗਲਤੀ ਕਰ ਗਿਆ ਖੁਸ਼ਦੀਪ ਮੁੰਡਾ ਬਰਾੜਾਂ ਦਾ ਗਲਤੀ ਕਰ ਗਿਆ ਓਕੇ ਓਕੇ ਜਸਪ੍ਰੀਤ ਸੋਲ ਰੋਬੀ ਪੰਜੇਟਾ ਰੋਬੀ ਹਾਰ ਗਏ ਸੀ ਮੁੰਡੇ ਵੀ ਵਾਲੇ ਭੱਟੀਆਂ ਤੋਂ ਕਬੀਰ ਸ਼ਰਮਾ ਬਹੁਤ ਧੰਨਵਾਦ ਸੈਮੀ ਐਵਰੇ ਪਹਿਲਾਂ ਸੈਮੀ ਮਨੀਸ਼ ਕੰਬੋਜ ਮਨਵਿੰਦਰ ਮਨਿੰਦਰ ਸਤਿ ਸ਼੍ਰੀ ਅਕਾਲ ਜੀ ਨਹੀਂ ਆਏ ਵੀਰੇ ਨਹੀਂ ਆਏ ਗੰਗਾਨਗਰ ਸਪੋਰਟਸ ਲਾਈਵ ਪਨੇਰੀ ਟੀਮ ਨਹੀਂ ਆਈ ਅਨਮੋਲਦੀਪ ਜੋਲ ਕਾਲੀ ਵਾਲੇ ਦਾ ਮੈਚ ਆ ਬਾਈ ਅਨਮੋਲਦੀਪ ਆਹ ਇੱਕ ਨੰਬਰ ਗਰਾਊਂਡ ਦੇ ਵੀ ਦੱਸੀ ਕਿੰਨੇ ਕਿੰਨੇ ਪੁਆਇੰਟ ਹੋ ਗਏ ਬੁੱਢੇ ਉਧਰਲੇ ਪਾਸੇ ਵੀ ਹਾਲੇ ਸ਼ੁਰੂਆਤ ਹੋਈ ਹੈ ਬੜਾ ਲੇਟ ਹੋ ਜਾਣਾ ਨਾ ਜਾਵੇ ਕੋਬਲ ਹੋਣੀ ਹੈ ਦੂਜੇ ਪਾਸੇ ਸਾਰੇ ਮੇਰੇ ਵੀਰਾਂ ਦਾ ਕਮਾਲ ਹੋਈ ਪਈ ਹੈ ਪਰ ਕਦੇ ਬਰਾੜ ਪੱਟੀ ਤੋਰ ਗਿਆ ਔਰ ਜੱਸੂ ਰਵਿੰਦਰ ਕੰਬੋਜ ਵਧੀਆ ਵਧੀਆ ਰਵਿੰਦਰ ਕੰਬੋਜ
ਮੁੰਡੇ ਕਿੰਨੇ ਆ ਦੋ ਦੱਸੀ ਮੇਰਾ ਵੀਰ ਬੰਮੂ ਬੰਮੂ ਇੱਕ ਤੇ ਜੀਰੋ ਦੋਵੇਂ ਸੈਮੀ ਚੱਲੇ ਜਾਂਦੇ ਆ ਪੁਆਇੰਟ ਬਸ ਦੱਸ ਦਾ ਇੱਕ ਮਿੰਟ ਹੈ ਕੋਈ ਬਿਲਕੁਲ ਹਰਜੀਤ ਚਹਿਲ ਆ ਸੂਰਜ ਕੇਰੀਆਂ ਹਰਮਨ ਧੰਨਵਾਦ ਧੰਨਵਾਦ ਉੱਧਰ ਚੱਲਦਾ ਵੀਰੇ ਮੁੰਨੇ ਵਾਲੀ ਆਈ ਡੀ 'ਤੇ ਚੱਲਦਾ ਮੁੰਨਾ ਤਰਖਾਣ ਵਾਲਾ ਆਈ ਡੀ 'ਤੇ ਧੰਨਵਾਦ ਧੰਨਵਾਦ ਨੱਪੀ ਹੋ ਕੰਮ ਨੂੰ ਥੈਂਕ ਯੂ ਪਵਨ ਸਾਹੂ ਥੈਂਕ ਯੂ ਵੀਰੇ ਸ਼ੁਕਰੀਆ ਬਹੁਤ ਧੰਨਵਾਦ ਪਵਨ ਸਾਹੂ ਗੁਰਮੁਖ ਰਾਮਪੁਰ ਜਸ਼ਨ ਮਾਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਪੱਟੀਆਂ ਸੈਮੀ ਖੇਡੀ ਜਾਂਦੀ ਹੈ ਨੱਥੂ ਵਾਲੇ ਨਾਲ ਦੂਜੇ ਗਰਾਊਂਡ 'ਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਗੁਰੀ ਸਤਿ ਸ਼੍ਰੀ ਅਕਾਲ ਵੀਰੇ ਗੁਰੀ ਸਾਹਿਬ ਅੰਕੁਸ਼ ਭਾਰਤੀ ਥੈਂਕ ਯੂ ਜੀ ਬਹੁਤ ਹੀ ਬਹੁਤ ਧੰਨਵਾਦ ਸੂਰਜ ਕੇਰੀਆਂ ਵਧੀਆ ਸੂਰਜ ਆਪਣੇ ਦੱਸ ਲੱਕੀ ਵਰਮਾ ਦਲਜੀਤ ਬਰਾੜ ਗੁਰੀ ਦਾ ਮੈਚ ਹੈ ਬਈ ਆਹ ਇੱਧਰ ਬੋਦੀ ਵਾਲਾ ਉੱਧਰ ਕਾਲਗੇ ਵਾਲਾ ਹੈਲੋ ਸਾਹਿਬ ਕਿੰਨੇ ਹੋ ਗਏ ਬੁੱਢੇ ਚਾਰ ਤੇ ਇੱਕ ਦਾ ਮੁਕਾਬਲਾ ਤੇ ਚਾਰ ਨੰਬਰ ਆ ਨੱਥੋਵਾਲ ਦੀ ਟੀਮ ਦੇ ਔਰ ਇੱਕ ਪੁਆਇੰਟ ਜਿਹੜਾ ਪੱਟੀਆਂ ਦੀ ਟੀਮ ਦਾ ਹੈ ਬਹੁਤ ਵਧੀਆ ਮੈਚ ਉਧਰਲੇ ਪਾਸੇ ਵੀ ਖੇਡਿਆ ਜਾ ਰਿਹਾ ਦੋਨੋਂ ਸੈਮੀ ਇਕੱਠੇ ਚੱਲ ਰਹੇ ਹੈ ਵੀ ਮੈਚ ਸੈਮੀ ਦੇਖ ਲਓ ਹੁਣ ਵਧੀਆ ਬਾਈ ਕੱਪ ਦਾ ਫੈਸਲਾ ਹੁਣ ਵੇਖੋ ਰਾਹੁਲ ਹੋਈ ਹੈ ਵਿਸਲ ਵੇਖੋ ਰੈਫਰੀ ਨੇ ਤੇ ਦਰਸ਼ਕ ਲੱਗੇ ਨੇ ਤਾੜੀਆਂ ਲਾਉਣ ਵੇਖੋ ਤੇ ਦੋਵੇਂ ਟੀਮਾਂ ਹੀ ਲਾਉਣਗੀਆਂ ਜ਼ੋਰ ਪੂਰਾ ਆਓ ਮਾਰ ਲੈਂਦਾ ਹੈ ਬਾਜੀ ਹੁਣ ਕੌਣ ਵੇਖੋ ਖੇਡ ਵਾਲੀਬਾਲ ਦਾ ਦੁਨੀਆ ਨਾਟ ਝੂਟ ਕਹਿੰਦੀ ਹੈ ਰੋਡਿਆਂ ਵਾਲੇ ਕਹਿੰਦੇ ਮੱਖਣ ਦੇ ਪੱਟੀ ਤੋੜਦੀ ਹੈ ਵੀ ਤੇਰੇ ਸ਼ਾਟਾਂ ਬਿਨਾਂ ਲੱਗਦਾ ਗਰਾਊਂਡ ਸੱਖਣਾ ਹੁਣ ਕਰਖਾ ਕੋਈ ਵੱਖਰੀ ਜੀ ਆਓ ਗੱਲ ਮੱਖਣਾ ਹੁਣ ਕਰਖਾ ਕੋਈ ਵੱਖਰੀ ਜੀ ਗੱਲ ਮੱਖਣਾ ਗੱਲ ਤੇ ਵੱਖਰੀ ਹੋਈ ਪਈ ਆ ਇਧਰ ਜਿਹੜੇ ਹਿਸਾਬ ਦੇ ਨਾਲ ਲਾਲਾ ਸੈਂਟਰ ਦੇ ਵਿੱਚ ਆ ਗਿਆ ਤੇ ਮੈਨੂੰ ਕੁਝ ਹੋਰ ਕਹਾਣੀ ਹੋ ਗਈ ਲੱਗਦੀ ਆ ਗੋਲਡੀ ਸਿੱਧੂ ਵਧੀਆ ਵਧੀਆ ਗੋਲਡੀ ਬਾਈ ਕੀ ਹਾਲ ਚਾਲ ਆ ਕਹਿੰਦਾ ਸੈਂਟਰ ਦੇ ਵਿੱਚ ਤੇ ਮੈਨੂੰ ਸੁਖੜੀ ਜਾਪਦੀ ਜੱਜ ਬੋਦੀ ਵਾਲੀ ਆ ਘੱਟਿਆਂ ਵਾਲੀ ਪਿੰਡ ਦਾ ਪੰਮੂ ਆ ਤੇ ਜਿਹੜੀ ਬਣ ਗਈ ਖੁਸ਼ੀ ਦੇ ਤੇ ਮੇਰੇ ਮਿੱਤਰੋ ਭੈਣਾ ਭੜਾਕਾ ਹੀ ਆ ਗੱਲ ਇਹ ਪੱਕੀ ਆ ਟੌਪ ਦਾ ਮੈਚ ਆ ਉਹ ਦੁਨੀਆ ਤੱਕਦੀ ਏ ਬੱਲੇ ਵਾਹ ਜੀ ਵਾਹ ਕਿਆ ਬਾਤ ਹੈ ਇੱਕ ਮਿੰਟ ਵੀਰੇ ਇੱਕ ਮਿੰਟ
ਧੰਨਵਾਦ ਧੰਨਵਾਦ ਵੀਰੇ, ਕਰੀ ਹੋਗਰਾ ਸ਼ੇਰ ਮੇਰੇ ਭਾਈ। ਬਿੱਲਾ ਤੰਦੂਰ ਚ ਡਿੱਗ ਪਿਆ, ਬਿੱਲਾ ਤੰਦੂਰ ਚ ਬਾਰਾਂ ਬਾਰਾਂ ਹੋ ਗਏ ਹਰਜੀਤ। ਚੱਲ ਨੱਬੇ ਅਰਗੇ ਆਏ ਸੀ ਵੀਰੇ ਹਰ ਗਏ ਮੁੰਡੇ। ਮਨਪ੍ਰੀਤ ਮਨੀਸ਼ ਕੰਬੋਜ ਗੋਪਾ ਮਾਨ ਨਹੀਂ ਆਇਆ ਬਾਈ, ਪਨੇਰੀ ਨਹੀਂ ਆਈ ਵੀਰੇ। ਪੁਆਇੰਟ ਬਾਰਾਂ ਬਾਰਾਂ ਬੁਰੀ ਗਲਤੀ ਕਰ ਗਿਆ। ਵਾਹ ਮੁੰਡਿਆ ਵਾਹ ਮੁੰਡਿਆ, ਮੈਂ ਕਿਹਾ ਵੱਡੇ ਬਾਬੇ ਆ। 1008 ਸ਼੍ਰੀ ਸ਼੍ਰੀ 1008 ਬਾਬੇ ਕਹਿਣੀ ਕਰਨੀ ਦੇ ਪੱਕੇ ਆ, ਪਤਾ ਕੋਈ ਨੀ ਕੀ ਬਣ ਜਾਂਦਾ ਕੀ ਜੁੜਨਾ ਪਤਾ ਨੀ। ਅਜੇ ਕੋਈ ਕਾਲੀ ਵਾਲਾ ਬੰਦੇ ਆ, ਇਹਨੂੰ ਫੱਟਾ ਮੁੰਡੇ ਪੂਰੇ। ਮੈਂ ਕਿਹਾ ਵੀ ਬੰਦੇ ਫੱਟਾ ਪੂਰੇ ਚੇਂਜ ਆ ਬਈ। ਉਧਰ ਹੈਗਾ ਵੀਰੇ ਮੁੰਨੇ ਵਾਲੇ ਆਈ ਡੀ ਤੇ ਚੱਲਦਾ, ਮੁੰਨਾ ਤਰਖਾਣ ਵਾਲਾ ਆਈ ਡੀ ਪੰਜਾਬ ਮੁੰਨੇ। ਬਹੁਤ ਬਹੁਤ ਧੰਨਵਾਦ, ਮੈਂ ਦੱਸਦਾ ਮੈਂ ਬਰਾੜਾ ਮੁੰਨਾ ਤਰਖਾਣ ਵਾਲਾ ਆਈ ਡੀ ਤੇ ਚੱਲਦਾ ਵੀਰੇ, ਇੱਧਰ ਪੇਜ ਤੇ ਨਹੀਂ ਚੱਲਦਾ। ਜਦੋਂ ਗਰਮੀਆਂ ਹੁੰਦੀਆਂ ਉਦੋਂ ਆਪਾਂ ਕਹਿੰਦੇ ਐਵੇਂ ਹਾਏ ਗਰਮੀ ਹਾਏ ਗਰਮੀ ਹਾਏ ਗਰਮੀ, ਜਦੋਂ ਠੰਡ ਆ ਜਾਂਦੀ ਉਦੋਂ ਕਹਿੰਦੇ ਹਾਏ ਠੰਡ ਹਾਏ ਠੰਡ ਹਾਏ ਠੰਡ। ਹੈਂ ਮੈਂ ਕਹਿੰਦਾ ਨਜ਼ਾਰੇ ਠੰਡ ਦੇ ਬਾਹਲੇ ਆ। ਹੈਂ ਬੰਦਾ ਰਜਾਈ ਨੱਪ ਕੇ ਤਾਂ ਪੈ ਜਾਂਦਾ, ਨਾ ਮੱਛਰ ਲੜੇ ਨਾ ਲੈਣਾ ਦੇਣਾ, ਨਾ ਮੱਛਰ ਹੀ ਖਾ ਜਾਂਦੇ ਗਰਮੀ ਤੋੜ ਤੋੜ ਕੇ, ਮੁੜਕਾ ਹੀ ਆ ਜਾਂਦਾ ਮੁੜਕਾ ਹੀ ਆ ਜਾਂਦਾ। ਹੁਣ ਨਹੀਂ ਨਜ਼ਾਰੇ ਗਰਮੀ 'ਚ ਆ ਸਿਆਲ 'ਚ। ਪਤਾ ਨਹੀਂ ਪੇਜ ਚਲਾ ਲਿਆ ਕਿ ਨਹੀਂ, ਮੁੰਨੇ ਚਲਾ ਲਿਆ ਪੇਜ ਮੁੰਨੇ। ਹੈਲੋ ਲੈ ਵੀ ਮੁੰਨੇ ਦੱਸੀ ਇੱਕ ਵਾਰੀ, 12-12 ਹੀ ਆ ਚੇਂਜ ਆ, 12-12 ਦੀ ਬਰਾਬਰੀ, ਉਨੀਆਂ ਪੰਡਾਂ ਦਾ ਮੈਚ ਆ ਨਾ ਮੁੰਨੇ, 12-12 ਨੰਬਰ ਆ। ਔਰ ਉਧਰਲੇ ਪਾਸੇ ਨੱਥੂ ਵਾਲਾ ਗਰਦੀ ਹਨੀ ਸਰਵਿਸ ਕਰਨ ਲਈ ਤਿਆਰ ਪਰ ਤਿਆਰ, ਮੈਚ ਉਧਰਲੇ ਪਾਸੇ ਵੀ ਦੂਜਾ ਸੈਮੀ ਖੇਡਿਆ ਜਾ ਰਿਹਾ ਹੈ। ਇਹ ਵੀ ਗੁਰਮੀਤ ਕਿੰਨੇ ਆ, 6-2 ਦਾ ਮੁਕਾਬਲਾ ਹੈ। ਸਿਆਣੀ ਗੱਲ ਕਰੇ ਪਾਸੇ ਬਾਲਕਾ ਦੀ ਮਾਰੀ ਹੈ ਤੇ ਕਮਾਲ ਹੀ ਕਰਦੇ ਆ। ਨੰਬਰ 13 ਘੱਟਿਆ ਵਾਲੀ ਪਿੰਡ ਦੇ ਖੁਸ਼ੀ ਨੇ ਜੋੜ ਦਿੱਤਾ, 6-2 ਇਧਰ 13-12 ਦੀ ਟੱਕਰ। ਆਓ ਕਦੇ ਵੱਡੇ ਮੈਚ ਖੇਡੇ ਜਾ ਰਹੇ ਪਾਸੇ ਰੋਡਿਆਂ ਵਾਲੇ ਵੀਰ, ਆਓ ਧੰਨ 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 ਕਰਾਈ ਪਈ ਹੈ ਮੇਰੇ ਮਿੱਤਰੋ, ਰੋਡਿਆਂ ਵਾਲਾ ਮੱਖਣ ਤੇ ਕਹਿੰਦੇ ਚੈਣਾ ਦੋ ਸਕੇ ਭਰਾਵਾਂ ਦੀ ਕਹਿੰਦੇ ਜੋੜੀ ਹੈ, ਕਮਾਲ ਹੋਈ ਪਈ। ਨੰਬਰ 7 ਜੋੜਨਾ ਮੁੰਡਿਆਂ ਨੇ ਚਲ ਚਲ ਚਲ
ਬਾਰਾਂ ਤੇਰਾਂ ਚੇਂਜ ਵੀ ਤਿੰਨ ਹੋ ਗਏ ਨਾ ਬੁੱਢੇ ਇੱਧਰ ਪੁਆਇੰਟ ਦਾ ਵਾਧਾ ਜਿਹੜਾ ਹੋ ਚੁੱਕਿਆ ਇੱਧਰ ਭੱਟੀਆਂ ਦੀ ਟੀਮ ਦੇ ਖਾਤੇ 'ਚ ਤਿੰਨ ਪੁਆਇੰਟ ਆ ਸੱਤ ਨੰਬਰ ਨੱਥੂ ਵਾਲਾ ਕਲਬੀ ਦੀ ਟੀਮ ਦੇ ਹੈ ਜ਼ਿਲ੍ਹੇ ਲੁਧਿਆਣੇ ਤੇ ਮੋਗੇ ਦੀਆਂ ਟੀਮਾਂ ਦਾ ਕਹਿੰਦੇ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਵੀ ਜ਼ਿਲ੍ਹੇ ਲੁਧਿਆਣੇ ਤੇ ਮੋਗੇ ਦਾ ਮੈਚ ਮਿੱਤਰੋ ਆਓ ਫਸ ਗਈਆਂ ਕੁੰਡੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੋਂ ਚੰਗੀਆਂ ਮਾਰ ਮਾਰ ਸ਼ਾਟਾਂ ਭੈੜੇ ਕੱਢਣਗੇ ਅੱਗ ਬਈ ਕੌਣ ਕਿੰਨੇ ਪਾਣੀ ਵਿੱਚ ਉਹ ਪਤਾ ਜਾਣਾ ਲੱਗ ਪਈ ਹੈ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਹੈ ਅੱਜ ਪਤਾ ਲੱਗ ਜਾਣਾ ਵੀ ਕਿਹੜੇ ਉਹ ਭਾਗਾਂ ਵਾਲੇ ਖਿਡਾਰੀ ਹੈ ਜਿਹੜੇ ਮਿਹਨਤ ਕਰਕੇ ਆਏ ਤੇ ਫਾਈਨਲ ਦੇ ਦਾਅਵੇਦਾਰ ਹੈ ਨੰਬਰ ਫੇਰ ਨੱਥੂ ਵਾਲਾ ਗਲਬੀ ਦੀ ਟੀਮ ਦੇ ਖਾਤੇ ਦੇ ਵਿੱਚ ਹੈ ਲੈ ਵੀ ਲਾਲੇ ਪਾਣੀ ਮੈਨੂੰ ਸਿਰ ਤੋਂ ਲੰਘਦਾ ਲੱਗਦਾ ਹੁਣ ਤੇ ਤਗੜਾ ਹੋ ਕੇ ਖੇਡਣਾ ਪੈਣਾ ਸੋਹਣਾ ਵੀਰਾ ਹੁਣ ਤੇ ਜ਼ੋਰ ਜਿਹੜਾ ਲਾਉਣਾ ਪਊਗਾ ਵੀ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਡ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇੜ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇੜ ਲਓ ਬਾਲ ਜਿਹੜੀ ਆਊਟ ਗਈ ਚਲੀ ਹੈ ਔਰ ਸਫਲਤਾ ਜਿਹੜੀ ਹੈ ਦਵਿੰਦਰ ਬਰਾੜ ਕਲੱਬ ਜੀ ਉਸੇ ਬੋਧੀ ਵਾਲੀ ਟੀਮ ਦੇ ਖਾਤੇ ਵਿੱਚ ਜੁੜ ਗਈ ਹੈ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਪੰਦਰਾਂ ਦਿਨਾਂ ਯਾਰ ਪੰਦਰਾਂ ਦਿਨਾਂ
ਪੰਦਰਾਂ ਤੇਰਾਂ ਕਿੱਧਰ ਹੋ ਗਏ ਪੰਦਰਾਂ? ਇੱਕ ਮਿੰਟ ਬਾਈ, ਇੱਕ ਮਿੰਟ, ਇੱਕ ਮਿੰਟ, ਪੰਦਰਾਂ ਕਾਲੀ ਵਾਲਾ, ਤੇਰਾਂ ਇੱਧਰ, ਪੰਦਰਾਂ ਤੇਰਾਂ ਕਾਲੀ ਵਾਲੇ ਦਾ ਚੱਲ ਪਿਆ ਕੰਮ ਉਧਰੋਂ ਬਾਈ। ਕਾਲੀ ਵਾਲੇ ਵਾਲੇ ਮੁੰਡੇ ਫਿੱਟ ਹੋ ਗਏ ਪੂਰੇ। ਸੋਲਾਂ ਆ ਗਏ ਵੀਰੇ, ਸੋਲਾਂ ਤੇਰਾਂ, ਸੋਲਾਂ ਤੇਰਾਂ ਸਕੋਰ ਵੀਰੇ ਦੱਸ ਦੇ ਇੱਕ ਮਿੰਟ। ਸੋਲਾਂ ਕਾਲੀ ਵਾਲਾ, ਤੇਰਾਂ ਇੱਧਰ ਬੋਦੀ ਵਾਲੇ ਦੇ, ਦਵਿੰਦਰ ਬਰਾੜ ਕਲੱਬ ਯੂਐਸਏ ਬੋਦੀ ਵਾਲਾ। ਲੈ ਵੀ ਬਹੁਤ ਵਧੀਆ ਮੈਚ ਉਧਰਲੇ ਪਾਸੇ ਪੱਟੀਆਂ ਦੇ ਮੁੰਡੇ ਨੇ ਵੀ ਇਕੱਠੇ ਕਰਕੇ ਖਿਲਾਰਦੇ ਆ। ਆਓ ਕਦੇ ਕਮਾਲ ਹੋ ਗਈ, ਬੱਲੇ 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 ਬੱਲੇ, ਖੁਸ਼ੀ ਹੈ ਹਰ ਜਾ ਪਾਸੇ ਇਧਰਲੇ ਇੱਕ ਮਿੰਟ ਵੀਰੇ, ਇੱਕ ਮਿੰਟ ਗਗਨਦੀਪ ਕਹਿੰਦੇ ਮਰੀ ਹੋਈ ਪੱਟ ਕੇ ਚੁਬਰ ਉਹ ਮੁੰਨੇ ਵਾਲੀ ਆਈਡੀ ਤੇ ਚੱਲਦਾ ਵੀਰੇ ਦੀ ਕਰਾਦੀ ਹੈ, ਪਰ ਲੋਕ ਵੀ ਮੁੰਨੇ ਵਾਲੀ ਆਈਡੀ ਤੇ ਚੱਲਦਾ ਲਾਈਵ ਇੱਕ ਨੰਬਰ ਗਰਾਊਂਡ ਦੇ ਦਾਣੇ ਹੋ ਗਏ ਆ ਵੀ ਆਹ ਮੈਚ ਦੇ ਵਿੱਚ ਤੇ 12 ਫੁੱਟ ਕਟਾਪਾ ਹੋਈ ਆਉਂਦਾ ਹੈ। ਇਹ ਵੀ ਕਿੰਨੇ ਕਿੰਨੇ ਹੋ ਗਏ ਗੁਰਮੀਤ ਸਿੰਘ 13-16 ਚੇਂਜ, 13-16 ਚੇਂਜ ਆ ਜੀ, 13 ਬੋਦੀ ਵਾਲਾ, 16 ਕਾਲੀ ਵਾਲਾ। ਲੈ ਵੀ ਇੱਧਰ 13-16 ਨੇ ਢਿੱਲੋ ਬਾਈ, 13-16, 13-16, 13 ਨੰਬਰ ਬੋਦੀ ਵਾਲਾ, 16 ਨੰਬਰ ਕਾਲੀ ਵਾਲਾ ਗੁਰੀ ਦੀ ਟੀਮ ਦੇ ਹੈ। ਔਰ ਉਧਰਲੇ ਪਾਸੇ ਸਾਡਾ ਛੋਟਾ ਵੀਰ ਗੁਰਮੀਤ, ਦੱਸੋ ਕਿੰਨੇ ਕਿੰਨੇ ਪੁਆਇੰਟ ਆ? 9-5 9 ਨੰਬਰ ਕਿਹੜੇ ਪਾਸੇ ਜੀ? ਨੱਥੂ ਵਾਲੇ ਦੇ, ਵਾਹ ਬਾਈ ਵਾਹ, 9 ਨੰਬਰ ਆ ਨੱਥੂ ਵਾਲਾ ਗਰਮੀ ਦੀ ਟੀਮ ਦੇ ਮੁੰਡੇ। 6 ਹੋ ਗਏ ਇੱਧਰ, ਓਕੇ ਜੀ, 6 ਤੇ 9 ਦਾ ਮੁਕਾਬਲਾ ਖੇਡਿਆ ਜਾ ਰਿਹਾ ਉਧਰਲੇ ਪਾਸੇ ਵੀ ਬਾਈ। ਇੱਧਰ 13-16 ਓਏ, ਚੇਂਜ ਹੈ ਨਾ, ਸੈਮੀ ਆ ਸੈਮੀ ਬਾਈ, ਸੈਮੀ ਕੇਪੀ, ਸੈਮੀ ਸੈਮੀ ਪੱਟੀਆਂ ਤੇ ਨੱਥੂਲੇ ਦਾ ਸੈਮੀ ਚਲੀ ਜਾਂਦਾ ਉਧਰਲੇ ਗਰਾਊਂਡ ਤੇ। ਇੱਧਰ ਕਾਲੀ ਵਾਲਾ ਤੇ ਬੋਦੀ ਵਾਲਾ, ਉਧਰ 9 ਨੱਥੂਲੇ ਦੇ ਆ, 6 ਪੱਟੀਆਂ ਦੇ ਆ, ਇੱਧਰ 16 ਕਾਲੀ ਵਾਲੇ ਦੇ ਆ ਤੇ 13 ਬੋਦੀ ਵਾਲੇ ਦੇ। ਕੈਮਰੇ ਸਾਹਮਣੇ ਸੈਮੀ ਚੱਲੀ ਜਾਂਦੇ ਦੋਵੇਂ। ਇੰਨੀ ਠੰਡ ਚ ਖੇਡਣਾ ਕਿਹੜਾ ਸੌਖਾ ਹੈ? ਹੈਂ, ਗਰਮ ਹੋ ਜਾਂਦਾ, ਇਹ ਤਾਂ ਗੱਲ ਤੇਰੀ ਸਹੀ ਹੈ, ਤੇ ਜਿਹੜਿਆਂ ਤੇ ਬਾਲ ਨਹੀਂ ਆਉਂਦੀ ਉਹ ਠਰ ਜਾਂਦੇ। ਡਿਫੈਂਸਰ ਠਰ ਜਾਂਦੇ ਆ ਬਈ। ਜਗਪਾਲ ਬਾਈ ਲਾਈਵ ਤੇ ਹੋ, ਖੂੜਾ ਸਾਹਿਬ ਯੂਐਸਏ, 19 ਦੀ ਗੇਮ ਆ, 19 ਦੀ। ਗੁਰਸੇਵਕ ਬਰਾੜ, ਗੋਪਾ ਮਾਨ ਨਹੀਂ ਆਇਆ, ਗੁਰਸੇਵਕ ਬਰਾੜ ਸਾਹਿਬ ਧੰਨਵਾਦ ਤੁਹਾਡਾ। ਰਮੇਸ਼ ਕਰਵਾਸਰਾ,
ਬਾਲ ਪੰਮੂ ਜ਼ੋਰ ਲੱਗਿਆ ਪਿਆ ਮੁੰਡਿਆਂ ਦਾ ਦੋਵੇਂ ਪਾਸਿਓਂ ਫੁੱਲ ਆ ਗਿਆ ਖੁਸ਼ੀ ਉਹ ਸਿਰਾ ਓਏ ਕਰਨਿਆ ਸਿਰਾ ਓਏ ਕਰਨਿਆ ਟੌਪ ਦੀਆਂ ਬਾਲਾਂ ਪਾੜਤੀਆਂ ਕਰਨੇ ਨੇ ਯਾਰ ਜੁੜ ਚੁੱਕਿਆ ਐਂਡ ਕਰਾਤਾ ਜਮਾ ਮੈਂ ਵੀ ਮੁੰਡੇ 17 ਹੋ ਗਏ 17 ਤੇ 13 ਕਿ 14 13 ਠੀਕ ਹੈ 17 ਤੇ 13 ਦੀ ਟੱਕਰ ਹੈ ਔਰ ਮੈਚ ਉਧਰਲੇ ਪਾਸੇ ਵੀ ਔਕਾਂ ਦੇ ਫਸਿਆ ਪਿਆ ਲੈ ਵੀ ਸਹਿਜ ਸਹਿਜੇ ਸਹਿਜੇ ਚੱਲਣਾ ਪਊਗਾ ਬਾਹਲੀ ਤੇਜ਼ੀ ਵੀ ਬੰਦੇ ਨੂੰ ਲੈ ਕੇ ਬਹਿ ਜਾਂਦੀ ਹੈ ਔਰ ਉਧਰ ਨੰਬਰ ਇੱਕ ਹੋਰ ਸਹੀ ਗੱਲ ਹੈ ਬਾਈ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ ਇੱਧਰ 17 ਤੇ 13 ਦੀ ਟੱਕਰ ਹੈ ਨੰਬਰ 18 ਜੁੜਨ ਲਈ ਔ ਗੱਭਰੂ ਕਹਿੰਦੇ ਤਿਆਰ ਬਰ ਤਿਆਰ ਹੈ ਲੈ ਵੀ ਤਕੜਾ ਰਹੀ ਦਵਿੰਦਰਾ ਉਧਰ ਗੁਰੀ ਦੀ ਅੱਖ ਹੁਣ ਉਹ ਮੈਨੂੰ ਤੇਰੇ ਤੇ ਲੱਗਦੀ ਬਾਲ ਜਿਹੜੀ ਆਊਟ ਹੈ ਨੰਬਰ ਲਾਸਟ ਹੈ ਉਧਰਲੇ ਪਾਸੇ ਵਾਲੇ ਸਾਈਡਾਂ ਨਹੀਂ ਚੇਂਜ ਹੋਈਆਂ ਬਹੁਤ ਵਧੀਆ ਮੁਕਾਬਲਾ ਉਧਰਲੇ ਪਾਸੇ ਵੀ ਖੇਡਿਆ ਜਾ ਰਿਹਾ ਹੈ ਗੁਰਮੀਤ ਕਿੰਨੇ ਆ 9 ਤੇ 7 10 ਤੇ 9 ਗੇਮ ਬੜਾ ਗਿਆ ਕਾਲੀ ਵਾਲੇ ਦਾ ਨੰਬਰ ਲਾਸਟ ਆ ਇੱਕ ਬਾਕੀ ਆ ਰਾਜਦੀਪ ਕਰ ਸੋਹਣਿਆ ਵੀਰਾ ਲਿੰਕ ਨਾ ਟੱਚ ਕਰੋ ਕੋਈ ਵੀ ਭਰਾ ਬਾਈ ਲਿੰਕ ਆਈ ਜਾਂਦੇ ਵਿੱਚ ਲਿੰਕ ਨਾ ਟੱਚ ਕਰੋ ਮੇਰੇ ਵੀਰ ਰੁਦਰਾਕਸ ਜਾਂਗੜ ਲਿੰਕ ਨਾ ਭੇਜ ਬਾਈ ਜੀ ਜੱਸੂ ਵਰਗੇ ਡੋਂਟ ਸੈਂਡ ਲਿੰਕ ਇੱਕ ਪੁਆਇੰਟ ਦਾ ਜਿਹੜਾ ਫਰਕ ਬਾਕੀ ਰਹਿ ਗਿਆ ਤੇ ਇੱਕ ਅੱਧੀ ਬਾਲ ਜੇ ਹੋਰ ਆ ਗਈ ਨਾ ਡਿੱਗੇ ਸ਼ਖਸਮ ਦੇ ਤੇ ਜਾਂ ਫਿਰ ਕੋਈ ਪੱਟੀਆਂ ਦਾ ਸਿੰਮੀ ਤੋੜ ਗਿਆ ਪੱਟੀ ਤੇ ਮੈਚ ਬਰਾਬਰੀ ਤੇ ਆ ਜਾਣਾ ਹੈ ਪਰ ਸਾਡਾ ਚੇਂਜ 10 ਨੰਬਰ ਨੱਥੂ ਵਾਲਾ ਗਰਬੀ ਤੇ 8 ਪੁਆਇੰਟ ਪੱਟੀਆਂ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੀ ਟੀਮ ਦੇ ਨੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਇਧਰਲੇ ਪਾਸੇ ਖੁਸ਼ੀ ਉਹ ਬਾਲਾ ਰਾਜਦੀਪ ਤੇ ਲਾਉਣ ਨੂੰ ਫਿਰਦਾ ਪਰ ਰਾਜਦੀਪ ਦੀ ਵੀ ਕਹਿੰਦੇ ਮਾਂਗਾ ਚੱਲਦੇ ਟਾਈਮ ਦੇ ਵਿੱਚ ਮੇਰੇ ਮਿੱਤਰੋ 13 ਤੇ 18 ਦਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ 'ਚ ਇੱਧਰ ਖੁਸ਼ੀ ਫਾਉਲ ਕਰ ਬੈਠਾ ਗੇਮ ਪਲਟ ਨਹੀਂ ਸਕਦੀ ਕੋਈ ਪਤਾ ਨਹੀਂ ਲੱਗਦਾ ਗੇਮ ਦਾ ਯਾਰ ਕਿਹਨੇ ਜਿੱਤ ਜਾਣਾ ਹੁੰਦਾ ਬਿਲਕੁਲ ਬਿਲਕੁਲ ਸੰਦੀਪ ਭਾਦੂ ਕੀ ਹਾਲ ਆ ਸੰਦੀਪ ਬਾਈ ਉਧਰ ਵੀ ਦੱਸਦੇ ਵੀਰੇ ਦੱਸਦੇ ਮੈਚ ਹੀ ਦਿਖਾ ਦਿੰਦੇ ਬਸ ਥੋੜਾ ਮੈਚ ਰਹਿ ਗਿਆ ਇਹ ਮੈਚ ਤੋਂ ਬਾਅਦ ਇੱਥੋਂ ਹੀ ਦਿਖਾ ਦਾਂਗੇ ਇਧਰੋਂ ਪੱਟੀਆਂ ਵਾਲਾ ਮੈਚ ਇੱਥੋਂ ਉਧਰ ਨੂੰ ਕਰ ਦਾਂਗੇ ਲਾਈਵ ਉਹ ਬੱਲੇ ਖੁਸ਼ੀ ਨਹੀਂ ਮੰਨਦਾ ਹਜੇ ਨਹੀਂ ਪਤਾ ਕੋਈ ਕੀ ਬਣਨਾ ਪਤਾ ਨਹੀਂ ਚੇਂਜ ਹੋ ਗਿਆ ਪੜ੍ਹਨ ਲੱਗੇ ਲਾਈਵ ਠੀਕ ਚੱਲੀ ਜਾਂਦਾ ਬਾਈ ਦੱਸੋ ਕਮੈਂਟ ਕਰਕੇ ਮੇਰੇ ਬਾਈ ਸਹੀ ਚੱਲੀ ਜਾਂਦਾ ਲਾਈਵ
ਪਵਨ ਸਾਹੂ, ਸ਼ਮਸ਼ੇਰ ਸਿੰਘ, ਦੀਪ ਮਾਨ, ਕਨੀ ਰਾਮ ਸਰਪੰਚ, ਡਿਪਟੀ ਭਾਲੀ ਪੇਂਟਰ, ਬਲਜਿੰਦਰ ਬਠਿੰਡਾ, ਅੰਕੁਸ਼ ਭਾਰਤੀ, ਸਾਰੇ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਗਿੱਲ ਪਿੰਡ ਚੱਲ ਰਿਹਾ ਟੂਰਨਾਮੈਂਟ, ਸੈਮੀ ਚੱਲ ਰਿਹਾ ਮੈਚ, ਹਰਜੀਤ ਚਹਿਲ, ਜਿੰਦਰ ਔਲ ਕਨੇਡਾ, ਬਹੁਤ ਬਹੁਤ ਧੰਨਵਾਦ ਜਿੰਦਰ ਔਲ ਕਨੇਡਾ, ਆਹ ਮੁੰਡਾ ਔਲਖਾਂ ਦਾ ਲਾਈਵ 'ਤੇ ਉੱਧਰ, ਬਹੁਤ ਬਹੁਤ ਧੰਨਵਾਦ ਸੰਦੀਪ ਭਾਦੂ, ਥੈਂਕ ਯੂ ਸੰਦੀਪ, ਸ਼ੁਕਰੀਆ। ਅੰਕੁਸ਼ ਭਾਰਤੀ, ਸੁਨੀਲ ਜਿਆਨੀ, ਜੇਬੀ, ਜਸਵੀਰ ਮੁੰਡੀ, ਬਹੁਤ ਬਹੁਤ ਧੰਨਵਾਦ ਜਸਵੀਰ। ਔਰ ਉੱਧਰ ਇੱਕ ਨੰਬਰ ਗਰਾਊਂਡ ਤੇ ਵੀ ਬਹੁਤ ਟਾਪ ਦਾ ਮੁਕਾਬਲਾ ਹੈ, ਮੁੰਡੇ ਭੱਟੀਆਂ ਵਾਲੇ ਕਿਉਂਟੀ ਦਾ ਪ੍ਰਦਰਸ਼ਨ, ਔਰ ਨਿੱਕਾ ਕਹਿੰਦੇ ਖੇਡਦੇ ਮੈਦਾਨ ਦੇ ਵਿੱਚ ਧੰਨ ਧੰਨ ਕਰਾ ਗਿਆ, ਬਾਜੇ ਕਾਲੇ ਸ਼ਖਸ ਮੁੰਡੇ ਦਾ ਮੁਕਾਬਲਾ ਕਰ ਦਿੱਤਾ ਹੈ। ਲੈ ਵੀ ਨੌ ਦਸ ਹੋ ਗਏ, ਬੁੱਢੀ ਨੌ ਦਸ ਹੈ, ਤਰਨਜੀਤ ਗੁੱਪਾ ਮਾਨ ਨਹੀਂ ਆਇਆ ਬਾਈ, ਜਸ ਅਮਰੀਕਾ, ਗੁਰਵਿੰਦਰ ਗਰੇਵਾਲ ਹੱਥ ਖੜਾ ਕਰਦੀ, ਇੱਧਰ ਬੋਦੀ ਵਾਲਾ, ਉੱਧਰ ਕਾਲਗੀ ਵਾਲਾ, ਦੋ ਪਲੇਅਰ ਬਾਹਰੋਂ, 11 ਠੀਕ ਹੈ ਜੀ, 10 ਤੇ 11 ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਇੱਧਰ ਨੰਬਰ ਲਾਸਟ ਹੈ, ਅਧੂਰੇ ਜਿੱਤ ਦੇ ਨਾਲ ਰਹਿਣਗੇ, ਉਹ ਤਕੜਾ ਮੈਚ ਚੱਲਦਾ ਯਾਰ, ਜਿੱਤਗੀ ਗਾਲੀ ਵਾਲਾ ਫਾਈਨਲ, ਬਹੁਤ ਮੁਬਾਰਕਾਂ, ਮੈਚ ਵੇਖਿਆ ਯਾਰ, ਇੱਕ ਵਾਰੀ ਤਾੜੀ ਮਾਰ ਦੋ ਮੇਰਾ ਵੀਰ ਬਣ ਕੇ ਜ਼ੋਰਦਾਰ, ਅਨਮੋਲਦੀਪ ਜੋਲ, ਮੁਬਾਰਕਾਂ ਨੇ ਸਨਮਾਨ ਕਰਨੇ ਦਾ, ਸ਼ਰਬਤ ਪਿਆਰੇ ਮਿੱਤਰਾ ਬੁੱਲ।